पूरा जल्दी रख ते पादला पूरा मैनू दे चा आइला पर रख आ लिया बैठ अपा केड़े मने गया मैनू आ गया हुक्का धरे चा ओ हाल ओए मदहू ही फिस गया बंदे दा भारे मैनू साथ लड़ा आया एक मैं चा ली वारी आख्या बोरन बन नलका इथे लवाओ चा ढेर सारा पाद दे अखे उथे मीठा पानी है ते इथे कौड़ा पानी हद है इतनी उम्मीद ना रखो के सानू घर ही नलका लवा के देसी अबा मेरे ला पर आउनी ਉਹੀਂ ਜਾਂ ਤੇ ਚੜ ਕੇ ਖਲੋਤੀ ਆ ਲੱਕੜੀ ਕੋਈ ਨਾ ਨਹੀਂ ਜੋੜੀਆਂ ਵੇਲੀ ਬੱਦੀ ਨਹੀਂ ਘਾਰੇ ਤੈਨੂੰ ਪਤਾ ਵੀ ਕਿ ਇਹ ਘਾਂਟੇ ਘੋਮਣ ਗਈਆਂ ਨਾ ਜੋੜ ਲੈਣੀ ਆ ਪਰ ਆ ਜਾ ਅਨੀ ਅੱਬਾ ਕੋਈ ਨਹੀਂ ਆਇਆ ਮਾਂ ਤੇ ਵੀ ਕੋਈ ਨਹੀਂ ਤੇ ਮੈਂ ਬਿਲਕੁਲ ਹੁਕਾ ਨਾ ਧਰ ਆਪਾ ਕੋਈ ਨਹੀਂ ਆਇਆ ਮੈਂ ਤੁਹਾਡੇ ਕੋਲ ਪੁੱਛਦੀ ਕੋਈ ਨਹੀਂ ਤੇ ਚਾਚਾ ਕੀ ਦੇ ਗਿਆ ਤੈਨੂੰ ਤਾਂ ਬਾਹਰ ਨਿਕਲਿਆ ਕਿਦਾਂ ਗੜਾ ਰਨੇ ਇੱਥੇ ਮੇਰੇ ਅਲਾਵੇਂ ਨਾ ਹਾਂ ਦੱਸ ਹਰ ਵਕਤ ਚਾਚੇ ਨਾਲ ਗੁਰ ਗੁਰ ਲਾਈ ਰੱਖਣੀ ਹੁਣ ਚਾਚਾ ਕਿਸੇ ਦੀ ਵਾਰ ਤਿੜ ਸੀ ਤੇ ਤੜ ਕੇ ਸਭੇ ਨੂੰ ਦੱਸਣੀ ਬਈ ਇਹ ਤਾਂ ਤੈਨੂੰ ਮੈਂ ਚੱਕਰ ਹੈਨਾ ਤੇਰੇ ਤੋਂ ਅਕਲ ਤਾਂ ਹੁਣ ਰਿਹਾ ਕੋ ਨਹੀਂ ਤੂੰ ਹੁਣ ਇੱਡੀ ਸ਼ੁਦੈਣ ਹੋਈ ਵਦੀਨੋ ਦੇ ਪਿਆਰ ਦੇ ਵਿੱਚ ਮੈਨੂੰ ਵੇਖ ਲਾ 6 ਮਹੀਨੇ ਹੋ ਗਏ ਨਾ ਇੱਥੇ ਮੈਂ ਕਿਸੇ ਨਾਲ ਕਰ ਲਿਆ ਕਿ ਮੇਰਾ ਉਹਦੇ ਨਾਲ ਗੱਲ ਬਾਤ ਹੈ ਜਨੇ ਉਹ ਮੈਂ ਤਾਂ ਕਿ ਚਾਚਾ ਮੇਰਾ ਹੈ ਪੀ ਤਾਂ ਮੈਂ ਗੱਲਾਂ ਹੁਣ ਦੱਸ ਬਾਨੀ ਹੈ ਅਕੇ ਸੱਪਾਂ ਦੇ ਪੁੱਤਰ ਮੇਤਰ ਨਹੀਂ ਆਉਂਦੇ ਭਾਵੇਂ ਚੁੱਲੀਆਂ ਦੋ ਵੀ ਚਾਖੜੀ ਉਹ ਚਾਹ ਲਿਆਵੇਂ ਨਾ ਇੱਦੇ ਆ ਔਰ ਲਾਏ ਵੀ ਆ ਆਈ ਲਾਪੀ ਓਹ ਹੋ ਆ ਵੱਡੀ ਤੂੰ ਰੱਖ ਲਾ ला मेरी गल सुनो हाँ दस चाचा मलंगी जेड़ा है ना ओ दा तेनू पता कोई नहीं ओ दिए ओ सक्या लहर दी गल समंदर दी लहर आ ओ कदी किवें आउंदा ते कदी किवें आउंदा हर वक्त ओदे नाल फुस फुस ना कीती रखी कर तेनू तां पता है चाचे मलंगी नू हुक्का टाइम दा जलदा रवे ते मोड़ो साडा सज्जो ने मैनू तां पता कोई ना आई मैं तां इस गलू दिल दे रख दे दस बानियां नू भई मेरा चाचा है पिया छोटा ਮੈਂ ਤਾਂ ਗੋੜ ਗੋੜ ਲਾਈ ਬੈਠਾ ਛਾ ਮਰਦ ਜਿਹੜਾ ਨਾ ਚੱਪੇ ਜਿਹੜਾ ਹੀ ਮਰਦ ਹੁੰਦਾ ਉਹਦੀ ਗੈਰਤ ਜਾਗਣ ਤੇ ਆਵੇ ਤੇ ਪਤਾ ਨਹੀਂ ਲੱਗਦਾ ਤੈਨੂੰ ਪਤਾ ਮਾਂ ਸਾਥੇ ਸਿਰ ਤੇ ਕਾਈ ਨਹੀਂ ਤੇ ਪਿਓ ਹਰ ਵਕਤ ਕੁਹਾੜੀ ਠੱਪੀ ਵਧਾਉਂਦਾ ਹਰ ਵਕਤ ਕੁਹਾੜੀ ਠੱਪੀ ਵਧਾਉਂਦਾ ਬਾ ਕਿਸੇ ਟਾਈਮ ਹੀ ਇਹਨਾਂ ਦਾ ਟੋਟਾ ਕਰ ਸੱਟਾਂ ਮੈਨੂੰ ਤਾਂ ਬੁੱਢ ਡਰ ਲੱਗਦਾ ਹੀ ਅੱਬੇ ਦੀ ਅੱਖੇ ਲ ਵੇਖ ਹੀ ਨਹੀਂ ਸਕੀਂਦਾ ਹੀ ਜਿਵੇਂ ਖੂਨ ਪੀਤੀ ਵਧਾ ਤੌਬਾ ਇਹ ਗੱਲ ਤਾਂ ਵਾਕਈ ਮੈਂ ਸੋਚੀ ਕੋਈ ਨਾ ਆਈ ਮੈਂ ਤਾਂ ਤੱਲੂ ਨਾਲ ਪਿਆਰ ਜਿਤਨਾ ਕਰੇ ਨਹੀਂ ਤਾਂ ਤਾਂ ਮੈਨੂੰ ਸਮਝ ਸੋਰ ਨਹੀਂ ਲੱਗਦੀ ਪਈ ਤੇ ਕਿਉ ਸਕਈ ਆ ਮਿਲੀ ਮੈਨ ਸ਼ਾਮੇ ਹਾਂ ਕਿਹੜੀ ਬਾਤ ਤਾਂ ਮੈਂ ਤੂੰ ਉਸ ਨਾਲ ਅੱਜ ਗੱਲ ਕਰ ਬਲਕਿ ਗੱਲ ਸੁਣ ਅੱਜ ਆਉਣਾ ਬਹੁ ਚਾਵਣ ਹਾਂ ਹਨਾ ਹਾਂ ਤੂੰ ਉਸ ਲਈ ਦਾ ਉਸ ਨੂੰ ਦੱਸੀ ਨਾਲੇ ਉਹਨੂੰ ਆ ਕੇ ਮਸਾਨਾ ਐਡਾ ਇੱਕ ਫੋਨ ਦੇ ਅੱਛਾ ਉਸ ਤੇਰੇ ਬਹਾਨੇ ਮੈਂ ਵੀ ਗੱਲ ਸ਼ੁਰ ਕਰ ਲਈ ਹਾਂ ਇਹ ਗੱਲ ਵਾਕਈ ਸਹੀ ਤੱਲੂ ਮੂੰਹ ਖਲੋਮਣਾ ਕੋਈ ਨਹੀਂ ਮੋਬਾਈਲ ਲੈ ਕੇ ਉਹ ਤਾਂ ਅੱਗੇ ਤਰਸ ਦਾ ਵਧਾਉਂਦਾ ਮੈਂ ਮੋਬਾਈਲ ਲੈ ਕੇ ਦੇਵਾਂ ਉਹਨੂੰ ਆਖ ਮੈਨੂੰ ਫੋਨ ਲਾ ਦੇ ਇਸੇ ਬਹਾਨੇ ਫੋਨ ਤੇ ਗੱਲ ਕੀਤੀ ਕਰੀ ਕਦੀ ਚਲੋ ਮੈਂ ਹਫਤੇ 'ਚ ਇੱਕ ਅੱਧੇ ਵਾਰੀ ਮਿਲਣ ਵੰਦਾ ਚਲੋ ਠੀਕ ਹੈ ਕੰਮ ਤਾਂ ਮੈਂ ਲਾਜ਼ਮੀ ਕਰੇ ਸਾਂ ਚਲੋ ਮੈਂ ਬਹੁਤ ਚਾਵਣ ਜਾਵਣਾ ਹੁਣੇ ਤੇ ਬਾਤ ਮੁਥਾਈ ਲਾ ਕੇ ਵਾਸ ਚਲੋ ਰੱਲੇ ਵੀ ਸਾਂ ਜੇ ਭੌਕੀ ਹੋ ਤਾਂ ਸਹੀ ਨਾ ਮੈਂ ਚਮਚੇ ਨਾਲ ਤੇਰਾ ਨਾ ਮੈਂ ਸਦੀਆ ਗੱਲ ਦੱਸਿਆ ਕਾਬੇ ਨੂੰ ਕੋਈ ਗੱਲ ਤਾਂ ਕੋਈ ਗੱਲ ਕੀਤੀ ਤਾਂ ਕੁਝ ਕੋ ਜਾਈ ਨਾ ਹੋਵੇ ਤਾਂ ਇਹ ਜਰੀ ਜਰੀ ਗੱਲ ਦਸੇਂਦੀ ਮੈਨੂੰ ਬੜਾ ਇਸਤੇ ਡਰ ਲੱਗਦਾ ਇਹ ਕਿਹੜਾ ਗੁਨਾਹ ਹੈ ਗੱਲ ਸੁਣ ਦੋਸਤ ਬਣਾਉਣਾ ਕੋਈ ਨਹੀਂ ਗੁਨਾਹ ਗੁਨਾਹ ਹੈ ਬਹੁਤ ਸਾਰਾ ਗੁਨਾਹ ਹੈ ਕਹੇ ਆਖਦੇ ਦਰ ਦਰ ਗੁਨਾਹ ਆਂਦਾ ਬਸ ਮਸਜਿਦ ਪੜਨ ਨਹੀਂ ਵੈਂਦੀ ਮਸਜਿਦ ਪੜਨ ਵੈਨੀ ਆਂਦਾ ਨੇਕ ਕੰਮ ਕੀਤੇ ਕਰੋ ਬਦ ਨੇਕ ਨਾ ਕੀਤੇ ਇਹ ਗੁਨਾਹ ਨਹੀਂ ਹੁੰਦਾ ਮੇਰੀ ਗੱਲ ਸੁਣ ਇਹ ਇੱਕ ਦੋਸਤ ਹੁੰਦਾ ਜਿਵੇਂ ਕਿ ਹੁਣ ਦੋਸਤੀ ਦੀ ਕਿਹੜੀ ਗੱਲ ਆ ਬੰਦਾ ਇਸ ਚਮਚੇ ਨਾਲ ਹੀ ਕਰ ਸਕਦਾ ਕਿਉਂਕਿ ਇਸ ਤੱਕ ਕੋਈ ਬੋਲਣਾ ਕੋਈ ਨਹੀਂ ਇਸੇ ਨਾਲ ਬੰਦਾ ਆਪਣੇ ਹਰ ਗੱਲ ਦਿਲ ਦੀ ਕਰ ਲਵੇ ਵੈਸੇ ਮੈਂ ਬੈਨ ਕਹੀਆਂ ਕਰਨੇ ਨਾ ਜਿਸ ਟਾਈਮ ਸਾਡੀ ਉਮਰ ਹੈ ਤੂੰ ਆਈਓ ਨਾ ਤੂੰ ਹੀ ਆਖਸੇ ਮੇਰਾ ਵੀ ਇੱਕ ਸੋਹਣਾ ਜਿਹਾ ਦੋਸਤ ਹੋਵੇ ਠੀਕ ਹੈ ਕੋਈ ਨਹੀਂ ਅਸੀਂ ਚਾਰ ਚਾਰ ਬਣਾਵਣੇ ਨੇ ਅੱਛਾ ਮੈਂ ਤੁਹਾਨੂੰ ਬੇਲੀ ਬਣਾਵਣ ਵਾਲੀ ਨਜ਼ਰ ਆਈਆਂ ਬੇਲੀ ਕਹਿ ਤੈਨਾਂ ਆਖਣ ਕਿਹੜੇ ਘੋੜਾ ਨਾ ਲੈਣੀ ਦੋਸਤਾਂ ਦੀ ਹੋਰ ਗੱਲ ਆਉਂਦੀ ਜਾ ਉੱਠ ਖਲੋ ਆਟੇ ਦੀ ਲਾਪ ਗੋਨ ਤੰਦੂਰੀ ਤਾਂ ਮੈਂ ਚਲੋ ਐ ਬੈਣਾ ਟੁਰੀਆਂ ਰਾਂਦੀਆਂ ਬਾਅਦ ਆਸ਼ ਕੀ ਮਸ਼ੂਕੀ ਤੇ ਮੈਨੂੰ ਆਦੀਆਂ ਆਟੇ ਦੀ ਲਾਪ ਗੋਨ ਹੋਰ ਘੋੜੀ ਕੱਢੀ ਹੈ ਲੱਖ ਲੰਨਾ ਐਡੀ ਹੋਈ ਨਾ ਗੱਲ ਇਹ ਜੀ ਕੀਤੀ ਕਰੇ ਬੜੀ ਕੁੱਤੀ ਹੈ ਅੱਛਾ ਰਿਓ ਕਚਾ ਦਾ ਘੋੜ ਮੇਰਾ ਪੁੱਤ ਕੋਈ ਨੂੰ ਬਣਾਇਆ ਆ ਚਾਚਾ ਬਣਾਈਂਦੀ ਵੇਖ ਹੱਸਦਾ ਵੇਖ ਹੱਸਦਾ ਕਿਹੜੇ ਹਾਸੇ ਨਿਕਲ ਫੇਰ ਗਈ ਹੋ ਫੇਰ ਗਈਆਂ ਮੈਂ ਤੁਹਾਡੇ ਨਾਲ ਲਾਸਾ ਤਾਂ ਕਹਿੰਦੇ ਨਾਲ ਲਾਸਾ ਚਾਚਾ ਉਹਰਾ ਮੇਰੀ ਗੱਲ ਸੁਣ ਹੁਣ ਚਾਚਾ ਇਹ ਦੱਸ ਭਈ ਤੂੰ ਆਪ ਤਾਂ ਨਾ ਮੈਂ ਵੀ ਤੁਹਾਡਾ ਦੋਸਤ ਆ ਮੇਰਾ ਪੁੱਤਰ ਮੈਂ ਤਾਂ ਨਾ ਕੀ ਚਾਚਾ ਤੈਨੂੰ ਪਤਾ ਮੈਂ ਤੈਨੂੰ ਸਾਰੀਆਂ ਗੱਲਾਂ ਦਿਲ ਦਾ ਹਾਲ ਦੇਣੀ ਆ ਸਾਰੀਆਂ ਗੱਲਾਂ ਤੈਨੂੰ ਦੱਸੇ ਨਹੀਂ ਚਾਚਾ ਕਦੀ ਅੱਬੇ ਨੂੰ ਨਾ ਪਿਆ ਕੋਈ ਗੱਲ ਕਰੀ ਹਾਂ ਉਹ ਬੇਟਾ ਕੀ ਹੋ ਲਈ ਵੀਰਾ ਦਾ ਪਿਆਰ ਜਾਗਿਆ ਬੈਠਾ ਵੀ ਤੇ ਸਾਡਾ ਭਾਂਡਾ ਪੋੜੀ ਖਲੋਤਾ ਵੇ ਫਟਾ ਹੋਵੇ ਤੇਰਾ ਡੈਡੀ ਚੋਂ ਤੇ ਨਾਲ ਇਹ ਗੱਲੋ ਹੈ ਸਕੀਨਾ ਨਿਆਣੀ ਉਹਦਾ ਤੇਰੀ ਗੱਲ ਤਾਂ ਸਾਂ ਟੋਰਨੀ ਹੈ ਨਾ ਕੀ ਕਰਨੀ ਹੈ ਸਾਡੇ ਰੰਗੀਆਂ ਧੀਆਂ ਪੋਤਰੋ ਦੇ ਵੀ ਉਸੇ ਨੂੰ
ਸਮਝਿਆ ਕਰਨਾ ਚਾਚਾ ਮੈਂ ਉਹਦੇ ਨਾਲ ਗੱਲ ਕਰਾ ਦੇ ਸਾ ਤੇਰੀ ਮੈਂ ਵੀ ਆ ਨਹੀਂ ਉਹ ਆਲੀਆ ਬੀਬੀ ਆਪ ਕਰੀ ਸੀ ਤੇ ਮੈਂ ਹੀ ਕਰਾਈ ਸਾ ਇਹ ਮੇਰੀ ਸਿਆਣੀ ਦੀ ਹੈ ਇਹ ਸਿਆਣੀ ਦੀ ਹੈ ਅੱਛਾ ਮੈਂ ਕਮਲੀ ਆ ਤੁਸੀਂ ਹੋਈ ਕਮਲੀ ਚਲ ਮੈਂ ਚਾਚਾ ਮੈਂ ਚਾਹ ਬਣਾਈ ਨਹੀਂ ਤੂੰ ਪਰੇਸ਼ਾਨ ਨਾ ਹੋ ਤੁਸੀਂ ਹੁੱਕਾ ਧਾਰ ਲਵਾਂ ਤੂੰ ਚਾਹ ਬਣਾ ਆ ਠੀ ਹਾਂ ਨਹੀਂ ਆਲੀਆ ਬੈਠ ਤੂੰ ਕਿੱਡੇ ਚਾਚੇ ਨੂੰ ਲਾਲਚ ਦਿੱਤੀ ਬਣੀ ਹੈ ਚੁੱਪ ਕਰ ਉਹਨੂੰ ਫੁੱਦੂ ਲਾਇਆ ਉਹਨੂੰ ਕਿਹੜਾ ਪਤਾ ਲੱਗਣਾ ਬਕੇ ਗੱਲ ਉਹਨੂੰ ਮੈਂ ਨਹੀਂ ਤੇਰਾ ਮੈਂ ਉਹਦੇ ਨਾਲ ਨਿਕਾਹ ਕਰਨਾ ਉੱਤੇ ਉਹ ਡੱਡ ਵੇਖ ਹੋਇਆ ਵਦਾ ਤੂੰ ਦਰਕਾਂ ਵੇਖ ਹੋਰ ਚੁੱਪੀ ਹੋਈ ਅੰਬਲੀ ਦੀ ਛਿੜਾ ਕੇ ਦੀ ਕਾਨੇ ਦੀ ਹਲਾ ਉੱਠੀ ਖਲੋ ਤੇ ਬਣਾ ਲਾ ਦਾਲ ਪਈਏ ਥੋੜੀ ਜਿਹੀ ਉਹ ਪਕਾ ਲਾ ਅੱਛਾ ਠੀਕ ਹੈ ਤੇ ਮੈਂ ਕਰੇਨੀ ਤੰਦੂਰੀ ਤੇਨੀ ਤੇ ਮੁੜ ਝੜਤਾ ਸ਼ਾਮ ਮੋਲ ਵੇ ਥੋੜੀ ਜਿਹੀ ਮੁੜ ਭੋ ਚਾਵਣ ਵੀ ਸਾਂ ਚਲੋ ਠੀਕ ਤੇ ਉਹ ਮੈਂ ਧਿਆਨ ਉਦ ਮਾਰ ਰਹਾ ਲੈ ਰਾ ਛੋਰੇ ਤੇ ਇਕੱਠੀਆਂ ਕੀ ਕਰੰਦੀਆਂ ਬੈਠੀਆਂ ਅੱਬਾ ਕੁਛ ਵੀ ਨਹੀਂ ਅੱਬਾ ਘੜਾ ਭਰਿਆ ਤੇ ਭਾਂਡੇ ਧੋਤੇ ਹੋਣ ਤੇ ਅੱਗ ਬਾਲੂ ਅੰਬ ਇਕੱਠੀਆਂ ਕੀ ਗੁਰ ਗੁਰ ਤੁਸੀਂ ਲੈਂਦੀਆਂ ਬੈਠੀਆਂ ਅੱਬਾ ਕੁਝ ਵੀ ਨਹੀਂ ਆ ਕੰਮ ਦੇ ਕਰ ਅੱਬੂ ਜੀ ਉਹ ਪੁੱਛੇ ਦੀ ਪਈਆ ਬੈ ਭੋ ਚਾਵਣ ਵਹਿਣਾ ਤੇ ਮੈਂ ਆਖਿਆ ਜੀ ਆ पिछे प्यो ही मारन दे चक्करां च लख लाना ते तेथे भी चाचा मलंगी पता नहीं सीधे लागे मैं 20 वारी आख्या अब्बा घर आवे तो तू घर आ गया कर सन डर लगदा चाचा भी ना जान बुझ के अगर पिछे निकल पता ही सुबह चाचा मेरा आया अब आया बैठा है कोल जा बाओ कि डरदा है ओदे कोल जा बा मैं तो डरना को चाचा सान ता डर लगदा तेने पता नहीं हाथ लेंदा मैं वदा नहीं चाचा मैं आग बलेंदी पईया ते तू बाओ अब्बे कोल हां मैं बंद ठीक है मम्मी मां नाल वैणा आई पता नहीं ओ भी अक सी अंदर भज गई है मुड़ो निकल दी भावें शोदा कमान दी नुक्कर ते इंतजार करें दा खला होवे मज्जे तो सूई खलीए अबे आख्या इस तूने नजर हटावनी की करा मैं कि दे गई सलमा सलमा हां जी गल सुने ना आटा कट दी खलोती आ मैं गल सुन मेरी आटा गुंदी है मानूर हां ठीक है तू इत अग बाली अब्बा मेरा पूछे ना हाँ। ते दसी आखो मझी ने फेरा मारन गई माई सूई खड़ी है ना अबे आख्या उसका भी ध्यान करे मैं उदे मान तक वेंदी पी मुड़ मैं हुणे हाँ हुक्का बखाना ही ते मेरा ना दसी बहुदे गई है अच्छा नहीं दसे हाँ ठीक है चंगा ओदू वेख एक काम मैं घर मुक दी नहीं दुआ दे के वाग वेंदी इन्नी कमी है दोवे वड्डियां भैणा इन्हां नूं कोई गल करी वी तां मुड़ लांता देंदियां मूंह मेरा काला करेंदियां तू किधे रहना जे मैं अपना तू घर कोई नूं हुंदा जिसल तू आया मेरा बिरा उसल मैं बाजार आया नहीं पिछू बहंगा मैं भी पूछा धी तू उस बाबू के बाहर बैठ अपनी उम्र वेख है मूंगफली लैके तू गलियां खांदा बदोना घर तेरे दियां जवान है लाबा पानी चल पर बाजा ओ गल पे करे ना मैं ओ गल मैं तेन दसना मेरा बिरा तू तो लड़न लग जाना हर गल तो बड़े दियां जवान है तू लड़ी रखना है गल करण वाली गल है ओ बढ़िया कुछ सोचा किता करो मैं हम बाहर अंदर रहना ते तू गलियां च मूंगफली खांदा वा ते चंगा लगदा रहना ओ बढ़िया घर दे विच बना छोरी आख्या बा मूंगफली आण दे चाचू ते मैं ऊपर मूंगफली लईया ते की हो गया ए घर दे विच रहना घर दे विच ओ मरद दा डर झक्का ही नहीं रहंदा इंज ਹੁਣ ਉਹਨਾਂ ਕੁੱਟੀ ਫਾਟੀ ਰੱਖੀ ਕੁੱਟੀ ਫਾਟੀ ਰੱਖੀ ਨਹੀਂ ਪਰਾਇਆ ਧਨ ਨੇ ਤੇ ਕੁੱਟੀ ਉਹ ਡੜੇ ਕੇ ਰਖਿੰਦਾ ਇਹਨਾਂ ਨੂੰ ਅੰਦਰ ਇੰਜ ਨਾ ਡੜੇ ਕੇ ਰੱਖੀ ਬਸ ਭਾਈ ਤੂੰ ਦਰ ਦਰ ਮਹਮੂਦ ਅਲੁੱਥਾ ਮਰਸਾਉ ਚੰਗਾ ਇੰਜ ਨਾ ਡੜੇ ਕੇ ਰੱਖੀ ਵੇ ਉਹਨਾਂ ਛੋਰੀ ਦੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਕਿ ਗੱਲ ਹੈ ਯਾਰ ਕਿ ਕਰਨ ਦੀ ਗੱਲ ਹਰ ਵੇਲੇ ਇਹ ਜਲੰਬ ਲੜਨ ਦੇ ਲੜਨ ਤੋਂ ਸਿਵਾ ਹੋਰ ਜਾਣਦਾ ਹੀ ਕੋਈ ਲੜਨ ਤੋਂ ਸਿਵਾ ਹੋਰ ਕੋਈ ਨੂੰ ਜਾਣਦਾ ਉਹ ਮੇਰਾ ਬਿਰਾ ਕੋ ਗੱਲ ਹੁੰਦੀ ਕਰਨ ਵਾਲੀ ਮੈਂ ਕਿਹੜਾ ਕੁਜ਼ਾਨ ਕੀਤੀ ਬਣਾ ਮੈਂ ਕੋ ਘਰੋਂ ਬਾਹਰ ਸਾਟਿਆ ਬਣਾ ਉਹ ਬਾਹਰ ਕੋਈ ਨੂੰ ਸਾਟਿਆ ਮਦਾ ਇਹ ਜਦ ਤਰੇ ਰਲ ਬਾਂਦੀਆਂ ਨਾ ਘੁਰ ਘੁਰ ਕਰਦੀਆਂ ਮੈਂ ਨਹੀਂ ਚੰਗੀਆਂ ਲੱਗਦੀਆਂ ਉਹ ਤਾਂ ਦੀਆਂ ਰਲ ਬੈਨ ਹੁਣ ਘਰ ਚ ਉਹਨਾਂ ਨੇ ਬੱਕਰੇ ਵਗਰੇ ਕੋਠੇ ਚ ਬਾਹਰ ਕੋਈ ਨਾਨੂੰ ਆਪਣੇ ਆਪ ਧੰਦਿਆਂ ਤੇ ਲਾਇਆ ਕਿਹੜਾ ਧੰਦਾ ਲੈ ਤੂੰ ਪੱਠੇ ਕਰਾਵਾਂ ਵਾਹ ਸੁਭਾਨ ਅੱਲਾ ਪੱਠੇ ਘਰ ਦਾ ਥੋੜਾ ਹੁੰਦਾ ਸਾਡਾ ਤੂੰ ਕਰਦੀਆਂ ਨਹੀਂ ਵਧੀਆਂ ਕਰਦੀਆਂ ਨਹੀਂ ਵਧੀਆਂ ਤੂੰ ਵੀ ਠੀਕ ਹੈ ਹਰ ਗੱਲ ਤੇ ਜਿਹੜਾ ਇੱਜ਼ਤ ਮੋੜ ਤੇਰੀ ਇੰਨੇ ਕਰੇਂਦੀ ਆਉਣੀ ਅੰਜ ਤੂੰ ਵੀ ਠੀਕ ਹੈ ਤੂੰ ਵੀ ਠੀਕ ਹੈ ਓਏ ਤੇ ਮੇਰੀ ਇੱਜ਼ਤ ਕਰੇਂਦੀਆਂ ਉਹ ਜਿਹੜੀ ਵੱਡੀ ਆਲੀਆ ਉਹ ਏਡੀ ਦਾ ਮਾਂ ਨੂਰ ਇੱਜ਼ਤ ਕਰੇਂਦੀ ਉਹ ਨਿੱਕੀ ਤੇ ਮੋੜ ਉਹ ਹੋਈ ਨਿੱਕੀ
तू आए वेला शुरू राना घरों बाहर ना निकला कर मेहरबानी कर घर रहा कर ठीक है मेरा बेरा हाँ घरे रास्ता अब दार पिया तो दे की करूं दार रुपया नु चीज खानी ओ तेरी उन चीज दी उम्र नहीं रह गई बड़ी सारी हो गई है अब्बा निक्की सारी तो है कोई नू निक्की सारी तो खबरदार जो दुकान से गई हो ता की लेने दार पिया मैं तना पान देना दो डाला अब मिंदे हो जब मैं ले आनी हां तेन में अखिया मैं का इत बैठ जा खबरदार जी तो घरू लाती पट्टी ता मैं तेरा आप दुकान तो आन देना दो दाला लेनी है नी मैं तेरा आन देना दुकान तो चल अन्य तो बिगड़ दी हुई हैं अब बोरा दे दा अरे भैया मैं दाला लेने जाऊंगा मुड़ दुकान ते जासे मुड़ दू उससे मुड़ दे जासे ये गल तो मैं ना चंगी लगती हो तो मलंगी है ना इन्हें रुकेंदा है ना लानी ना देवनी मूंगफली आप इत ला के गलियां थे अरूड़ियां थे ओ जान चबेंदा वधंदे जिवें बच्चे वधे हुंदे बहु जलील ते तंग आ मैं इस मलंगी तू हुण मैं इहनूं वी छड्डणी आन दो ਦਿਹਾੜਾ ਲੈ ਗਿਆ ਹਾਲੇ ਤਾਈ ਕਾਈ ਨਹੀਂ ਆਈ ਤੇ ਗੱਲ ਕਰਨ ਵਾਲੀ ਨਹੀਂ ਵੇਦੀ ਦੇ ਜਹਾਨ ਵੇਦਾ ਪਿਆ ਹੁੰਦਾ ਕੋਈ ਐਵੇਂ ਰਾਹ ਜਾਂਦਾ ਗੱਲ ਜੁੱਤੀ ਕਿਤੇ ਚੁੱਪ ਕਰ ਮੱਸੇ ਨੂੰ ਤਰੀਖੇ ਤਰੀਖੇ ਨਿਕਲੀਆਂ ਜੁੱਤੀ ਭਰਾਂ ਪਈਆ ਜਿੱਥੇ ਅੱਬਾ ਬੈਠਾ ਹੈ ਉਰਾਂ ਜਲਦੀ ਜਲਦੀ ਨਿਕਲੀਆਂ ਮੈਂ ਕਿਹਾ ਹੁਣ ਤਾਂ ਘੰਟਾ ਦੇ ਡੋ ਗਿਆ ਆਉਣਾ ਆਏ ਨੂੰ ਉਸ ਆਖਣਾ ਬਈਏ ਤਾਂ ਮੁੜ ਉਰਾਂ ਆਊ ਵੀ ਕੋਈ ਨਹੀਂ ਸੁਣਾਓ ਕੀ ਹਾਲ ਹੈ ਵਧਾਂ ਜਿੰਦਾ ਵਧਾਂ ਮਰ ਤਾਂ ਕੋਈ ਨਹੀਂ ਗਿਆ ਅੱਲਾ ਨਾ ਕਰੇ ਇੰਜ ਨਾ ਆਖਿਆ ਕਰੋ ਮਰ ਤਾਂ ਕੋਈ ਨਾ ਗਿਆ ਹੱਥਾਂ ਤੇ ਕੀ ਲਾਈ ਖੁਸ਼ਬੂ ਆਉਂਦੀ ਭਾਈ ਉਹ ਗੋਆ ਮਾਰਿਆ ਮੂੰਹ ਇਸ ਵਾਸਤੇ ਵਾਹ ਥੋੜ੍ਹੀ ਤਾਂ ਮੱਝੀ ਪਰਫਿਊਮ ਵਾਲੀ ਫੋਸੀ ਕਰਦੀ ਕੀ ਮਤਲਬ ਹਲਾ ਤੈ ਕਣਕ ਸ਼ਹਿਰ ਲਈ ਵਾਲੀ ਇਹ ਕੀ ਇਹਦੇ ਵੇ ਇਹ ਟੱਚ ਫੋਨ ਹੈ ਇਹ ਜਿਹੜਾ ਆਮਣੇ ਸਾਹਮਣੇ ਵਿਖੀਂਦਾ ਹਾਂ ਇਹ ਸਹੀ ਤੂੰ ਮੈਨੂੰ ਵੇਖ ਕੇ ਕਾਲ ਕਰ ਸਕਦੀ ਮੈਂ ਵਿੱਚ ਆਪਣਾ ਨੰਬਰ ਹੀ ਪਾਸ ਤੇ ਆਰਸ਼ ਪਾਸ ਤੇ ਇਸ ਬਟਨ ਨੂੰ ਮੰਨਣਾ ਹੈ ਐਂ ਜੋ ਹਾਂ ਠੀਕ ਹੈ ਤੇ ਇਸ ਐਂ ਹੀ ਕਰਨਾ ਹੈ ਐਂ ਖੋਲ ਜਾ ਸੀਗਾ ਠੀਕ ਇਹ ਇਸ ਆ ਡੱਬੇ ਜੇ ਆ ਗੋਲ ਦਾਇਰਾ ਵੇਖ ਹਾਂ ਆ ਵਿੱਚ ਲਿਖੀ ਹੋਈ ਆ ਇਹ ਆ ਵਟਸਐਪ ਇਹ ਵਟਸਐਪ ਹੁੰਦੀ ਐਸਾ ਵੀ ਜੇ ਹਾਂ ਇਸ ਤੇ ਬਟਨ ਮੰਨਸੇ ਨਾ ਇਹ ਆ ਪਹਿਲਾ ਮੇਰਾ ਨੰਬਰ ਹੈ ਹਾਂ ਠੀਕ ਹੈ ਹਾਂ ਇਸ ਤੇ ਆ ਆ ਦੂਤਣੋ ਜਿਹੜਾ ਬਣਿਆ ਹੋਇਆ ਸਾਹਮਣੇ ਉਸੇ ਤੋਂ ਆ ਵੀਡੀਓ ਜੀ ਬਣੀ ਹੋਈ ਦੇਖ ਐਂ ਡੱਬੀ ਜੀ ਹਾਂ ਇਹ ਮੰਨਸੇ ਨਾ ਹਾਂ ਤੇ ਐਂ ਐਂ ਆ ਉਹ ਤੋਂ ਆ ਜਿਹੜਾ ਦਾਣਾ ਜੇ ਤੇ ਨਾਲ 4 ਚ ਲਿਖਿਆ ਹੋਇਆ ਹਾਂ ਆ 4 ਜੀ ਜੀ ਹਾਂ ਹਾਂ ਇਹ ਲਾਜ਼ਮੀ ਹੋਣਾ ਚਾਹੀਦਾ ਇਹ ਇਥੋਂ ਡਾਟ ਆਨ ਕਰਨੇ ਕਰਕੇ ਅੱਛਾ ਇਥੋਂ ਇਹ ਇਥੋਂ ਡਾਟ ਆਨ ਇਹ ਕਿ ਮੈਂ ਸਹੀ ਲਈ ਦੱਸਣ ਦੀ ਤਾਂ ਬੈਂਦੇ ਹੀ ਫੋਨ ਨਿਕਲ ਆਨੇ ਮੈਂ ਤਾਂ ਬਟਨ ਵਾਲਾ ਵੇਦੀ ਆਂ ਚਲ ਵੇਖ ਤੂੰ ਮੈਨੂੰ ਨਹੀਂ ਵੇਦ ਰਸ ਮੈਂ ਤੈਨੂੰ ਵੇਦ ਰਸ ਦੂਰੀਆਂ ਮੁੱਕ ਕਿਵੇਂ ਨਹੀਂ ਹੋਣੋ ਹਲਾ ਹਾਂ ਇਹ ਲੈ ਇਹ ਦੂਸਰਾ ਕੀ ਦੂਸਰਾ ਸੈਲ ਕਿੱਥੋਂ ਪੰਦਾ ਇਹਦੇ ਵਿੱਚ ਕੀ ਹੋਇਆ ਸੈਲ ਕਾਇਆ ਕੇ ਵਿੱਚ ਪੰਦਾ ਇਹ ਭਰੀ ਹੋਣਾ ਮੁੜ ਕਿਵੇਂ ਮੁੜ ਬਿਜਲੇ ਇਸ ਦੇ ਵਿੱਚ ਬਿਜਲੀ ਵਗ ਗਈ ਤਾਂ ਬਿਜਲੀ ਨਹੀਂ ਹਸਲਾ ਹਸਲਾ ਪਤਾ ਜੋ ਕੋਈ ਤਾਂ ਇਹ ਦੇ ਮਜ਼ਾਕ ਨੂੰ ਕਰੇਂ ਦਾ ਕਲੋ ਅਰ ਵੇਖੋ ਠੀਕ ਹੈ ਤੂੰ ਲੈ ਜਾ ਇਹ ਵੀ ਮੈਨੂੰ ਕੋਈ ਨਹੀਂ ਹੋਣਾ ਵੇਖੋ ਅਰ ਵੇਖੋ कूड़ मारे पढ़िया लिखिया हां जायल ਕੋਈ ਨਹੀਂ ਮੁਕਰਦੀਆਂ ਹਾਂ ਪਿਆਰ ਇੱਥੇ ਕੋਈ ਨਾ ਜਾਲੀਅਤ ਕਰਦੀਆਂ ਪਤਾ ਹੈ ਕੋਈ ਨਹੀਂ ਪੜੀ ਸਾਰਾ ਪਤਾ ਹੁੰਦਾ ਨਹੀਂ ਸਾਸ ਨਾ ਦਿਵਾਓ ਤੁਸੀਂ ਹੈ ਫਿਲਮਾਂ ਵੇਖ ਵੇਖ ਕੇ ਹੈ ਪਤਾ ਜਿਹੜਾ ਬੂੜੇ ਚੋਰੀ ਚੋਰੀ ਵੀ ਸਿਆਰ ਵੇ ਦੀਆਂ ਸਾਰੇ ਪਤਾ ਨਹੀਂ ਸਾਰੇ ਸ਼ੀਸ਼ੇ ਨਹੀਂ ਜੀ ਉਹ ਫੂਲ ਔਰ ਕਾਂਟੇ ਕੱਚੇ ਦਾਗੇ ਉਹ ਤੇ ਸ਼ਹਿਜ਼ਾਦ ਬਿਰਾ ਲਾ ਕੇ ਆਉਂਦਾ ਤਾਂ ਕਦੇ ਕਦੇ ਅਸੀਂ ਚੋਰੀ ਚੋਰੀ ਵੇਨੀਆਂ ਜੀ ਆ ਸਾਰੇ ਪਤਾ ਨਹੀਂ ਮੈਨੂੰ ਉਹ ਵੀ ਜਦਾਂ ਅੱਬਾ ਵੰਨੇ ਕਿਦਾਂ ਪਾਰ ਉਦੋਂ ਵੰਨੇ ਆ ਇਹ ਦੀ ਹਾਂ ਗੱਲ ਸੁਣ ਉਹ ਫਿਲਮ ਵੇਖੀ ਵੀਰ ਜ਼ਾਰਾ ਕਿਹੜੀ ਵੀਰ ਜ਼ਾਰਾ ਵੀਰ ਜ਼ਾਰਾ ਹਾਂ ਤੇ ਉਹ ਵੀ ਵੇਖੀ ਦੇਵਦਾਸ ਜੇ ਮੈਂ ਤੈਨੂੰ ਛੱਡ ਗਈ ਹੋ ਨਾ ਤਾਂ ਉਸ ਫਿਲਮ ਵਿੱਚ ਜਿਹੜਾ ਦੇਵਦਾਸ ਦਾ ਹਾਲ ਹੁੰਦਾ ਨਾ
ਮੇਰਾ ਉਹ ਹਾਲ ਸੀ ਚੁੱਪ ਕਰੋ ਇਹੋ ਜੀਆਂ ਗੱਲਾਂ ਜਦੋਂ ਵੀ ਮਿਲਣ ਆਈਆਂ ਉਹ ਸ਼ਰਾਬ ਪੀਵਣ ਲੱਗ ਜਾਂਦਾ ਮੈਂ ਵੀ ਪੀਣ ਲੱਗ ਜਾਂਦਾ ਤੁਸੀਂ ਸ਼ਰਾਬ ਪੀਸੋ ਤਾਂ ਮੇਰਾ ਖੂਨ ਪੀਸੋ ਤੁਸੀਂ ਅੱਲਾ ਮਾਫ ਕਰੋ ਸ਼ਰਾਬ ਪੀਸੋ ਇਹ ਗੰਦੀ ਸ਼ਈਆਂ ਦਾ ਨਾਂ ਨਾ ਲਿਆ ਕਰੋ ਹਰ ਵਕਤ ਇਹੋ ਜੀਆਂ ਗੱਲਾਂ ਕਰਿੰਦੇ ਰਹਿੰਦੇ ਹੋ ਮੂੰਹ ਤੇ ਕੀ ਲਾਏ ਕਾਸ਼ ਨਹੀਂ ਪਸੀਨਾ ਸਾਰਾ ਇਹ ਤਾਂ ਸਰੀ ਦਾ ਨਹੀਂ ਪਸੀਨਾ ਯਾ ਮੇਰੇ ਪਿਆਰ ਦੇ ਰੂਪ ਤੇ ਚੜਿਆ ਹੁੰਦਾ ਦੁੱਧਾਰ ਹੁੰਦੀ ਹੈ ਨਹੀਂ ਦੇ ਆ ਤੂੰ ਹੁਣ ਤੁਝੀ ਚਿੱਟਾ ਮੈਂ ਚਿੱਟਿਆ ਨਹੀਂ ਹੋਣਾ ਤੂੰ ਵੀ ਤੋੜ ਵੇਖ ਕੇ ਕੀਤਾ ਇਹ ਡੱਕੂ ਕੀ ਹੈ ਸੂਟ ਹੈ ਦਾ ਵਿਆਹ ਇਹ ਅੱਬੇ ਆਂਦਾ ਹੀ ਲੰਡੇ ਚ ਅੱਬਾ ਵੀ ਨਵਾਂ ਆਂਦਾ ਸੀ ਲੰਡੇ ਸੂਟ ਤੇਰੇ ਕਣ ਲੈਣਾ ਮੈਂ कितने दा ढाई लाख दे ओए हाल ओए मेरा प्यो आदा है लाख दी छां ते कुत्ता बांदा है केड़ी लाख दी छां ते कुत्ता बांदा है अब्बा आदा है लाख रुपया होवे ना बंदे कोल ते गरीब अपनी धी भी पर ना सकदा ते लाख दी ढेरी लगी पे ते कुत्ता बांदा है एड़ा लाख होंदा है अबे दम तू ढाई लाख रुपया ला सट्या तेरी मां तेन कुछ नहीं आती मैं कोई भी कुछ नहीं आता मैं घर च इक्को दा इक्को ਸਾਰਿਆਂ ਤੋਂ ਲੁੱਡਾਂ ਸਾਡੇ ਜ਼ਮੀਨ ਨੇ ਢੇਰ ਸਾਰੀ ਕਮਾਨ ਤੇ ਜੇ ਤੇਰੇ ਕੋਲ ਭੱਜ ਗਿਆ ਧਾਇ ਗਿਆ ਤਾਂ ਮੋੜੀ ਮਾਂ ਕੋ ਜਨਾਕ ਸੋ ਨਹੀਂ ਕੋ ਜਾ ਦੀ ਕੀ ਬਾਲਾਂ ਦੇ ਸਵਾਲ ਪੁੱਛਦੀ ਜਾ ਘਰ ਲੇਟ ਕੇ ਹੁੰਦੀ ਓਏ ਹਾਂ ਲੇ ਹੋਇਆ 60,000 ਦਾ ਮੈਂ ਤਾਂ ਹੈਰਾਨ ਹੋ ਗਈ ਆ 60,000 ਦਾ ਤੂੰ ਮੈਨੂੰ ਦੇ ਛੱਡਿਆ ਅੱਛਾ ਚਲ ਚਲ ਠੀਕ ਹੈ ਚੰਗਾ ਉਹ ਆਖੀ ਜਾ ਜਿਹੜਾ ਮੈਂ ਸੁਣਦਾ ਉਹ ਪੈਸਿਆਂ ਦੀ ਲੋੜ ਆਈ ਤਾਂ ਤੂੰ ਰੱਖ ਲੈ ਕਹਾਂ ਲੈ ਜਾ ਉਹ ਆਖੀ ਜਾ ਜਿਹੜਾ ਮੈਂ ਸੁਣਦਾ ਕਿਹੜਾ ਦੱਸ ਕੀ ਚਾਗ ਨਾ ਕੋਈ ਨਹੀਂ ਮਨਸ਼ਰ ਮਨਸ਼ਰ ਆਖ ਮਸੇ ਮਸੇ ਯਾਦ ਕਰੇ ਨਹੀਂ ਜਿਹੜਾ ਤੇਰੇ ਸਾਹਮਣੇ ਆਉਂਦੀਆਂ ਭੁੱਲ ਜਾਂਦੀਆਂ ਲਵ ਯੂ हेलो हाँ जी हाँ ठीक है तो मैं पंजा मिनटा च मैं आ जाना यार तेरे में आख्या मैं पंजा मिनटा च आ जाना हाँ बाली आ लिया और हमें ना और हम हाँ जी अब्बा और हम किधर गया ਮੋਟਰ ਤੇ ਗਿਆ ਮੋਬਾ ਕਿਹੜੀ ਮੋਟਰ ਓ ਸੈਮ ਨਾਸਰ ਦੀ ਮੋਟਰ ਹੈ ਜੀ ਉਹ ਤੈਨੂੰ ਪਤਾ ਕੋਈ ਨਹੀਂ ਤੈਨੂੰ ਕੋਈ ਨਹੀਂ ਪਤਾ ਬਈ ਇੱਥੇ ਗਾਰ ਚ ਬਹਿਣਾ ਘੱਲੀਆਂ ਹੁੰਦੀਆਂ ਹਨ ਤੇ ਹਰ ਵੇਲੇ ਤੈਨੂੰ ਗਲੀਆਂ ਬਵਣ ਦੀ ਹੁੰਦੀ ਹੈ ਅੱਬਾ ਸਾਰਾ ਦੇ ਮੈਂ ਘਰੇ ਰਹਿਣਾ ਸਿਰਫ ਘਰੇ ਰਹਿਣਾ ਅੱਬਾ ਕੀ ਹੋ ਰਹੀ ਹੈ ਹਟ ਵੀ ਜਾ ਵੀ ਜਾ ਜਾ ਹੁਣ ਨਹੀਂ ਜਾਂਦਾ ਬਾ ਤੈਨੂੰ ਖਬਰ ਕਾਹੀ ਨਹੀਂ ਲੱਗਦੀ ਅੱਬਾ ਨਾ ਮਾਰੋ ਤੈਨੂੰ ਨਹੀਂ ਜਾਂਦਾ ਹੁਣ ਗਲਤੀ ਹੋ ਗਈ ਉੱਥੇ ਇਤਨੀ ਤਮੀਜ਼ ਕਾਹ ਨਹੀਂ ਘਰ ਤੇਰੀ ਭੈਣਾ ਜਮਾਨ ਹੈ ਤੂੰ ਮਨਾ ਕੁੱਤੇ ਰੀਤ ਬਾਹਰ ਗਲੀਆਂ ਬੰਦਾ ਅੱਬਾ ਹੁਣ ਕੀ ਐਵੇਂ 10-15 ਮਿੰਟ ਹੋਏ ਨੇ ਹੁਣ ਕੀ ਐ 10-15 ਮਿੰਟ ਹੋਏ ਨੇ ਅਹੀਂ ਦੇ ਲੈਂਦਾ ਤੁਹਾਨੂੰ ਮੈਂ ਕੰਮ ਤੇ ਧਰਾਂ ਤੇ ਆਪ ਮੈਂ ਘਰ ਰਹੀ ਪਰ ਤੁਸੀਂ ਬਾਹਰ ਹੀ ਉਹ ਬਾਹਰ ਕਰਨ ਜੋ ਗਈ ਕੁਛ ਨੇ ਉਹ ਬਾਹਰ ਕਰਨ ਜੋ ਗਈ ਕੁਛ ਨੇ ਅੱਬਾ ਹੁਣ ਨਹੀਂ ਜਾਂਦਾ ਅੱਗੇ ਨਹੀਂ ਅੱਖਣ ਦੇ ਪੁੱਤਰਾ ਹੁਣ ਘਰ ਰਹੀ ਕਰਿਆ ਬਾ
तैन जो पता है कि अब्बा इतना जालिम है कि अब्बा मरेंदा ते अब्बे को डर डर रिया करना डर डर के रे डर सारे दे घर ते गिरी दे बोर भी मैं मारते रहंदे हो अपी आलिया किते गई है पता नहीं लकड़ी चावण गईया लकड़ी चावण गईया अच्छा ते कालो गुब्बारे दे चोट मन हुन याद आया कल गुब्बारे दे चोट नाल क्यों लड़या अब्बा ओ गाली कटदा मामा बहन दी गाली कटदा मैं मुड़ो नु फाद लिया ते दो त्रे चट मामा भेण आई आन पुणाईया ने मामा भेण आई आन पुणाईया ने बब्बे लो गाली गिरदा इदा मैं उनु आ गया ओ कुत्ते हूं क्या बात है भाई तेरी क्या बात औलाद तेरी तेरे गीत गांदी है तेरी औलाद जड़ी है ना मेरी गल सुन बा छाड़ दे मेरी ओ जेसेले तू भाग जाना ना निकल जाना अच्छा ए सारे मेरे अगो पीछे होंदे क्योंकि मैं लड़या कदी नहीं की तेनु आ देना सपियो नु मारना ओ पियो नु मारना के ने ओ बात दुआई दिसे नहीं ओ मेरी ये गल सुन तरके दा जालिम ना बन ठोकणी है जालिम ना मेरा बिरा बन जालिम ना बन औलाद जवान दिया जवान तू पहले इस तू पूछो बा इस कुबारा दे छुआर तू गाली कटाइयां में अंत कटियां में है ये गल चाचा ओ उस पहले बदतमीजी की थी ताम और सुन ला तू एंच कर जा ढोरा दर भाग जा 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 सुन ला अल्लाह बेली ते अच्छा गल जाए नो में आ हुने घर भी आवी अब ना ढोरा दर जांदा पे हुने हाथ आ दे तेरे दर हुने पिछु भाज भाग अब्बा ना मारे कुछ देखा कर कुछ देखा कर तुसी ना बकवास कीता करो बड़ा जानना बड़ा धियां जवान है नो बड़ा एदा जालिम ना बाण ना बाण चुप कर फेंक दे मेरी गल याद रखी चाचा तू सबे नु कोई गल ना कीती करो ओ नोवे के तोडे ते हाथ चा दे विच मेरे ते हाथ क्या चावणा में चेसा अपना भों भंग सामान वसला ते अल्लाह चलो खैर है असत धियां है औलाद आए उस ओ मैं नालू वंड दे लेनी है ते समी ठीक है चाचा तुसी लड़न लग जांदे तुसी कोई ध्यान कीता करो ठीक है चाचा कोई गल ता है जेड़ा उस ना लड़दा काई गल ता है ठीक है सरकार तत्तो है घर दे जाने वेले खलौंदा नहीं है दबा जो रिया अब्बा कोई नहीं अब्बा वाग गई अब्बे तो शुक्र ही था ही मोबाइल रह गई है हेलो बिस्मिल्लाह तरह जे टाइम लदे तो तौ मैं मां नूर बुलेंदी पई हां चोरी चोरी मिलाया कोई नहीं डरना उस आखना मेरे तू वड्डा एसएचओ केड़ा है पिया अच्छा गल सुन जानो मैं आज मिलन ता आ जाओ भूकलो अच्छा दल सुन हां मेरी तो लत्ता ही तंबण लात दियां पे दसनी है पिया एसएचओ नाल डाटा इंच सरी नंबर विचू डिलीट सरी चलो मैं करेनी है ठीक है अपना ख्याल रखी तो मैं भूकलो मिलन आ मैं हूं भू चावण आवणा नहीं भू तोल नहीं जेड़ा बिरांडा नहीं तोड़ा टच्चा हां ओ जिथे देश दा टोतरा पे होया हां ओथे मैं आवणा चलो ठीक है हां ठीक है बस जल्दी आ वने हां बस ठीक है चलो ओए छोरे मेरा मोबाइल आई मोबाइल नु की कीते अब कुछ नहीं हो बैल बजदी पे तो कटया मु तेरी जरूरत की भई मेरा मोबाइल चावण के मेरे मोबाइल नु हाथ लावण दी जरूरत की में पई है अब मैं फोन नु कुछ नहीं की हैं क्यों चाहिए मोबाइल अब उठ पे आई मैं कॉल आंदी पे तो कटी है मेरी कॉल आंदी पे तो कटी मेरी कॉल अब्बा ओ तेरे हाथ लावण दी जरूरत किवें होई है मेरे मोबाइल नु अब्बा आज दी माफी दे अंदर तेरे मोबाइल नु हाथ ना लेसा ओ तन में किवें समझाई ओ तन में एक एक नु किस तरीके समझाई तन तन इतना पता भी नहीं मेरे पियो दा मोबाइल है ओ बजदा रे जे बजदा था अब्बा कहां लांदी पई है मैं ओ कट्टी है मैं कपड़े चेंदी होदे तो सब बोल गया तो मैं क्या काट के तवा तब्बे ने मोबाइल दे हम अच्छा कट्टी है सुनी तनु नहीं सुनी कोई नहीं अब्बा कपड़े चाक तो तू किधर गई हूं और तेन और आ सदया अब लकड़ी चावण गई हम लकड़ी चावण गई हूं जी हां सुराज की दे आज
ਪਤਾ ਨਹੀਂ ਉਹ ਗੱਲੇ ਨਾਲ ਮਗਰੋਂ ਉਹ ਦਾਦਾ ਪੈ ਮੈਂ ਜਾਵਾਂ ਪਤਾ ਨਹੀਂ ਕਿਸੇ ਸੱਦਿਆ ਸਕ ਤਾਂ ਅੱਬ ਤੂੰ ਸਮਾਲ ਦਰ ਗੱਲੇ ਆਈ ਉਹਨੂੰ ਹੈ ਭੁੱਲਦੇ ਪਏ ਉਹ ਮਾਲ ਦਰ ਗੱਲਿਆ ਐ ਬਾਹਰ ਨਿਕਲੀ ਮੈਂ ਤੇਰਾ ਸਾਹ ਪੀ ਜਾਸਾਂ ਅੱਬੂ ਜੀ ਲੱਕੜੀਆਂ ਤੋਂ ਤਾਂ ਪਤਾ ਬਾਹਰ ਪਈਆਂ ਦੂਰ ਦੂਰ ਚਾਂਦੀਆਂ ਸਾਰੀਆਂ ਤਰੀਕ ਤਰੀਕ ਤੇ ਦੂਰ ਚਾਂਦੀਆਂ ਦੂਰ ਕਿਹੜੀ ਇਹ ਦਿਲ ਮੇਰਾ ਪਿਆ ਤਾਂ ਨਾ ਖੁਦ ਤੁਝ ਤੇਰੀ ਰੱਖਾਂ ਮੈਂ ਅੱਬੂ ਜੀ ਇਹਦੇ ਨਾਲ ਤਾਂ ਇੱਕੇ ਵਾਰੀ ਤੁਹਾੜੀ ਲਾ ਕੇ ਸਾਨੂੰ ਮਾਰ ਗੱਤੋ ਸਾਨੂੰ ਮਾਰ ਗੱਤੋ ਨਹੀਂ ਤੁਹਾਨੂੰ ਮੈਂ ਇੱਥੇ ਸੇਜਾ ਤੇ ਬਹਿਨਾ ਆਣਾ ਇੱਥੇ ਮੰਜੀਆਂ ਤੇ ਬੈਠੀਆਂ ਰਹੋ ਅੱਬੂ ਜੀ ਕਦੀ ਉਲਾਮਤ ਨਹੀਂ ਨਾ ਆਇਆ ਸਾਡਾ ਤੋਂ ਬਾਹਰ ਕੀ ਕਰਨ ਜਾਂਦੀ ਕਿਉਂ ਨਿਕਲੀ ਬਾਹਰ ਤੇ ਕਹਿੰਦੀ ਕੋਈ ਪੁੱਛ ਕੇ ਨਿਕਲੀ ਅੱਬੂ ਆਪ ਤੱਕ ਹੈ ਨਿੱਕੀਆਂ ਭੈਣਾਂ ਨੂੰ ਬਾਹਰ ਨਾ ਗੱਲਾਂ ਕਰੋ ਆਪ ਜਾ ਕੇ ਸ਼ਾਹ ਚਾਹ ਲਈ ਕਰੋ ਤੁਸੀਂ ਵੱਡੀਆਂ ਹੀ ਨਾ ਗਈਆਂ ਕਰੋ ਠੀਕ ਹੈ ਮਿਹਰਬਾਨੀ ਕੀਤੀਆਂ ਕਰੋ ਅੱਬੂ ਜੀ ਉਹ ਚਾਚਾ ਸ਼ੇਰਾ ਤੁਹਾਨੂੰ ਸਦੇਣ ਦਾ ਪਿਆ ਤੁਹਾਡਾ ਪਿਆ ਹੀ ਉਹਨੂੰ ਗੱਲ ਰਹਿ ਤੇ ਤੂੰ ਆਇੰਦਾ ਵਾਸਤੇ ਮੇਰਾ ਮੋਬਾਈਲ ਰਹਿ ਜਾਵੇ ਖਬਰਦਾਰ ਜੇ ਮੇਰੇ ਮੋਬਾਈਲ ਨੂੰ ਤੂੰ ਹੱਥ ਲਾਇਆ ਤਾਂ ਅੱਗ ਲੱਗੀ ਸ਼ਾਲ ਅੱਬੇ ਦਾ ਮੋਬਾਈਲ ਚ ਆਈ ਖਲੋਤੀ ਫਿਰ ਤੱਲੂ ਨੂੰ ਮੈਂ ਕਾਲ ਕੀਤੀ ਮੇਰੇ ਤੋਂ ਸਾਹ ਹੇਠ ਲਾ ਹੇਠ ਰਹਿ ਗਿਆ ਉਕਲਾ ਤਾਂ ਰਹਿ ਗਿਆ ਤੇ ਨੰਬਰ ਨੰਬਰ ਵਿੱਚੋਂ ਡਿਲੀਟ ਕੋਈ ਨਹੀਂ ਕੀਤਾ ਤੇ ਮੈਂ ਉਹਨੂੰ ਆਖਿਆ ਮੈਨੂੰ ਨਾ ਉਹ ਧੜ ਕੋਲ ਆ ਕੇ ਮਿਲ ਉਹ ਬਦਤਮੀਜ਼ ਤੇ ਨੰਬਰ ਵਿੱਚ ਤੇ ਅੱਬੇ ਨੂੰ ਪਤਾ ਲੱਗ ਗਿਆ ਤਾਂ ਮੋੜ ਅੱਲਾ ਕਰੇ ਅੱਬੇ ਨੂੰ ਮੈਂ ਆਖਿਆ ਕਿਸੇ ਦੀ ਕਾਲ ਆਉਂਦੀ ਕਿ ਤੂੰ ਮੈਂ ਕੱਟ ਛੋੜੀ ਪੂਰਾ ਇਹ ਕਿਹਦਾ ਮੋਬਾਈਲ ਹੈ ਵੇਖ ਮੈਂ ਤੈਨੂੰ ਆਖਿਆ ਹੀ ਇਹਨਾਂ ਦੇ ਕਰੇ ਸੈਡ ਤੇ ਸੱਟ ਆ ਲਾਇਆ ਆਈਆਂ ਮੋਬਾਈਲ ਅੱਜ ਤੋਂ ਪਿੱਛੇ ਅੱਬੇ ਦਾ ਇਹ ਸ਼ਹਿਜ਼ਾਦ ਬਿਰਾ ਦਾ ਫੋਨ ਚਾਵਣ ਦੀ ਲੋੜ ਹੀ ਕਾਇ ਨਹੀਂ ਅੱਜ ਤੋਂ ਪਿੱਛੇ ਇਹੋ ਫੋਨ ਚਾਹੇ ਸੰਭਾਲ ਲੈਣੀ ਹੈ ਸਾਡਾ ਆਪਣਾ ਮੋਬਾਈਲ ਜੋ ਅਗੇ ਭਾਈ ਮਾਨ ਦਿੱਤਾ ਮਾਨ ਮੈਨੂੰ ਦਿੱਤਾ ਉਹ ਸੱਕ ਨਹੀਂ ਉਹਦੇ ਚਿਹੜੇ ਫੰਕਸ਼ਨ ਇਹਦੇ ਚਿਹੜੇ ਫੰਕਸ਼ਨ ਐਂ ਕੀਤਾ ਇਹ ਜਿਹੜਾ ਆ ਸਾਵਾ ਬਟਨ ਆ ਨਹੀਂ ਮਰੋ ਇਹ ਅੰਗਲ ਨਾਲ ਟੱਚ ਹੁੰਦਾ ਪਿਆ ਮੋਬਾਈਲ ਆਈ ਦੋ ਚੁੱਪ ਕਰ ਹੋਰ ਕਰਨਾ ਕੀ ਹੈ ਹਲਾ ਆ ਵੇਖ ਆ ਜਿਹੜੇ ਚਾਰ ਡੱਬੇ ਨੂੰ ਇਹਨਾਂ ਡੱਬਿਆਂ ਇੱਕ ਨੂੰ ਐਂ ਖੋਲਣਾ ਇਹ ਆ ਵੇਖ ਇਹ ਇੱਥੋਂ ਅਗਰ ਅਸੀਂ ਦਬ ਹੱਥ ਨਾ ਲਾਵੀ ਅਗਰ ਕਰੇ ਸੇ ਤੋ ਲੱਗੀ ਜਾਸੇ ਅਸੀਂ ਕੀਤਾ ਨਾ ਅੱਗੋਂ ਵਿੱਚ ਬਾਹਰ ਨਹੀਂ ਵਿੱਚ ਸਾਹਮਣੇ ਆ ਜਾਸੇ ਇਹ ਤੇਰੀ ਖੈਰ ਹੋਏ ਇਹਦਾ ਮਤਲਬ ਮੈਂ ਤੱਲੂ ਨੂੰ ਸਾਹਮਣੇ ਵੇਖ ਸਕਦੀ ਹਾਂ ਹੋ ਉਹਦਾ ਨੰਬਰ ਲਵੀ ਇਹਦੇ ਵਿੱਚ ਮਿਲਾ ਕੇ ਅੱਜ ਤੋਂ ਪਿੱਛੇ ਅਸੀਂ ਤੂੰ ਬਾਹਰ ਕਹੀਂ ਜਿਵੇਂ ਬੰਦਾ ਆਪਣੇ ਸਾਹਮਣੇ ਗੱਲ ਅੱਛਾ ਗੱਲ ਸੁਣ ਇਹਨੂੰ ਲੁਕਾਉਣਾ ਕਿੱਥੇ ਆ ਗੱਲ ਤਾਂ ਚਟਨੀ ਕੁੱਟ ਕੇ ਜਿਹੜੇ ਚਟਨੀ ਕੁੱਟੇ ਨਹੀਂ ਆਇਆ ਸਾਫ਼ ਦੌਰੀ ਨੂੰ ਧੋ ਕੇ ਰੱਖਿਆ ਅੱਬੇ ਨੂੰ ਕੀ ਪਤਾ ਚੁੱਲ੍ਹੇ ਤੇ ਸਿਰਫ ਦੌਰੀ ਮੁੱਦੀ ਹੋਈ ਮੋਬਾਈਲ ਥਾਂ ਹੀ ਲੁਕਾ ਕੇ ਰੱਖਿਆ ਕਰਨਾ ਇਹਦੇ ਆਦੇ ਨਹੀਂ ਰੱਖਣਾ ਨਹੀਂ ਨਹੀਂ ਚਾਚਾ ਮਲੰਗੀ ਦੌਰੀ ਚਾਹੀ ਸੀ ਪਤਾ ਲੱਗ ਰਹੀ ਸੀ ਮੇਰਾ ਨਾ ਦੱਸੀ ਪਈ ਚੁੱਪ ਕਰ ਗੱਲ ਸੁਣਾਇਆ ਕਿਤਨਿਆਂ ਦਾ 60,000 ਰੁਪਈਏ ਦਾ ਅਸੀਂ ਤੂੰ ਵੇਖ ਲਾ ਤੇ ਉਹ ਛੱਡ ਜਿਹੜਾ ਉਹਦੇ ਕੋਲ ਆਪਣੇ ਕੋਲ ਆਈ ਆ 2.5 ਲੱਖ ਰੁਪਈਏ ਦਾ ਆਈ ਆ ਸਾਡੇ ਕੋਲ ਤਾਂ ਫੁੱਟੀ ਕੌੜੀ ਕੋਈ ਨਹੀਂ 2.5 ਲੱਖ ਮੈਂ ਆਖਿਆ ਮੈਂ ਪੁੱਛਿਆ ਮੈਂ ਕਿਹਾ ਬੈਟਰੀ ਇਸ 'ਤੇ ਕਿਵੇਂ ਭਰਨੀ ਹੈ ਅਤੇ ਉਹ ਪਿਆ ਕਿ ਮੈਂ ਕਿਹਾ ਸੈੱਲ ਕਿੱਥੋਂ ਪਾਉਣਾ ਪਿਆ ਵਾਹ ਜੂ ਵਿੱਚ ਕਾਈ ਨਾ ਇਦੂ ਆਦੋ ਅਤੇ ਉਹ ਹੱਸਣ ਲੱਗਾ ਮੈਂ ਕਿਹਾ ਹੱਸਿਆ ਕਿਉਂ ਹੈ ਪਿਆ ਦਾ ਕਿ ਅਸੀਂ ਸੈੱਲ ਨਹੀਂ ਇਸ ਜਿਹੜਾ ਸਾਰਾ ਚਾਰਜਰ ਹੁੰਦਾ ਉਹ ਲੱਗਦਾ ਅਤੇ ਉਹ ਅਤੇ ਮੈਂ ਕਿਹਾ ਪੜ ਜੂ ਹਾਂ ਤਾਂ ਤੂੰ ਇੰਨਾ ਆਦਾ ਪਿਆ ਪਿਆ ਦਾ ਪਿਆਰ ਕਰਨ ਵੇਲੇ ਤਾਂ ਨਹੀਂ ਵੇਦੀ ਉਂਝ ਕਿਹੜੀਆਂ ਸੋਹਣੀਆਂ ਮੈਂ ਕੋ ਪੁੱਤਲਾ ਸਿਰ ਤੇ ਕਰ ਬੋ ਹਾਂਜੀ ਕਿਦੇ ਗਈਆਂ ਮੈਂ ਤੇ ਬਾਗ ਕੋਲ ਬੈਠੀ ਹਾਂ ਤੇ ਪਠੋਰੇ ਸਾਰੇ ਪੱਠਿਆਂ ਚ ਵਧਿਆ ਬਾਗ ਕੋਲ ਬੈਠੀ ਤੇ ਇੰਜੋ ਆਖਿਆ ਤੇ ਕੋਲੇ ਬਵੇਂ ਮੈਂ ਕੋਈ ਨਹੀਂ ਪਾਉਣੇ ਕਿਉਂ ਆ ਸੁਣ ਲੈ ਨੇ ਇਹ ਵੰਜਾਈਆਂ ਤੂੰ ਆ ਤੇ ਤੈਨੂੰ ਅੱਬਾ ਮਰੇਂਦਾ ਤੂੰ ਸਨ ਮਰੇ ਨੇ ਵਾ 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 ਨੌਕਰ ਅੱਗੇ ਚਾਕਰ ਚਾਕਨਾ ਅੱਗੇ ਖੇਸ਼ ਵਿੱਚ ਤਮੀਜ਼ ਨਾ ਰਿਆ ਕਰ ਮੈਂ ਤੇ ਛੋਟਾ ਹਾਂ ਮੈਨੂੰ ਵਧਾਉਂ ਮੈਂ ਅੱਬੇ ਨੂੰ ਦੱਸਣਾ ਮੈਂ ਵੀ ਅੱਬੇ ਨੂੰ ਦੱਸੇ ਸਾਂ ਜਿਹੜਾ ਇਹਦੇ ਵਹਿਣਾ ਉਹਨਾਂ ਦੇ ਘਰ ਦੱਸਾਂ ਹਲਾ ਗੱਲ ਸੁਣੋ ਤੂੰ ਸਾਡੀ ਨਾ ਦੱਸੀ ਅਸੀਂ ਤੇਰੀ ਨਾ ਦੱਸਾਂ ਇਹ ਅੱਗੋਂ ਤਾਂ ਹਟ ਗੱਲ ਨਹੀਂ ਪਿਆ ਕਰਦਾ ਕਿਹ ਹੱਥੇ ਪਿਆ ਖਲੋਤਾ ਹੈ ਉਹ ਕਪੜਾ ਹੀ ਨਾ ਸਹੀ ਕਰੇ ਇਸ ਗੱਲ ਦੀ ਕੀ ਗਰੰਟੀ ਹੈ ਬਈ ਤੁਸੀਂ ਮੇਰੀ ਗੱਲ ਨਾ ਦੱਸੇ ਸੋ ਤਾਂ ਮੈਂ ਤੁਹਾਡੀ ਤਾਂ ਮੋੜ ਨਹੀਂ ਦੱਸਦਾ ਮੈਂ ਤਾਂ ਅੱਗੇ ਕੋਈ ਦੱਸ ਤੈਨੂੰ ਪਤਾ ਮੈਂ ਜਿਹੜੀ ਗੱਲ ਕਰਾਂ ਪੂਰੀ ਕਰਨੀ ਜ਼ਬਾਨ ਦੇ ਵੀ ਤੇ ਲਾਓ ਵੀ ਅੱਜ ਤੋਂ ਪਿੱਛੇ ਸਾਡੀ ਗੱਲ ਤੂੰ ਨਾ ਅੱਬੇ ਨੂੰ ਦੱਸੀ ਅਸੀਂ ਤੇਰੀ ਨਾ ਦੱਸਾਂ ਚਲੋ ਸਹੀ ਹੈ ਮੈਂ ਜਾਊਂਗਾ ਮੋਟਰ ਆ ਹਾਂ ਤੇ ਮਾਜੇ ਨੂੰ ਵੇਖੀ ਰੱਖਿਆ ਅੱਗੇ ਮੈਂ ਕਾਂ ਕੂੰ ਚੇਕ ਆਇਆ ਅੱਬਾ ਮੇਰੀ ਅਜੇ ਤੱਕ ਦਾਲ ਨਹੀਂ ਲੈ ਕੇ ਆਇਆ ਮੈਨੂੰ ਉਤੋਂ ਦਾਲ ਤਾਂ ਲੈ ਦਿਓ ਖਾਵਾਂ ਤੇ ਲਾਵਾਂ ਕੀ ਹਰ ਵੇਲੇ ਗੱਲ ਸੁਣ ਕਾਲ ਜੀ ਅਜੇ ਦਵਾਈਆਂ ਲੈ ਕੇ ਆਇਆ ਦਾਲ ਖਾ ਖਾ ਇਹਦਾ ਕੀੜਾ ਢੇਡ ਜਿਹੜਾ ਇਸ ਨੂੰ ਹਰ ਵੇਲੇ ਆਇਆ ਮਨਾ ਦਵਾਈ ਇਹਨਾਂ ਸਾਡੇ ਨਾਲ ਤਾਂ ਹਨੇਰੀਆਂ ਖਲੋ ਕੇ ਵੇਂਦਾ ਅੱਬੇ ਕੋਲ ਚੰਗੇ ਖੱਲੇ ਉਹ ਆਖੀ ਅੱਜ ਤੋਂ ਪਿੱਛੇ ਨਾ ਨਿੱਕੀਆਂ ਭੈਣਾਂ ਨੂੰ ਕੁਝ ਮੋੜ ਵੇਖੀ ਮੈਂ ਅੱਬੇ ਦਾ ਸੇਂਦੀ ਕੱਲ ਵਹਾਈਆਂ ਨਾ ਅੱਬੇ ਚੰਗੀਆਂ ਮੁੱਕਾਂ ਤੇ ਚਮਾਟਾ ਹੈ
ਪਿਓ ਐ ਮੋ ਪਿਓ ਪੁੱਤਰਾਂ ਨੂੰ ਮਾਰਦੇ ਰਹਿੰਦੇ ਕੋਈ ਨਵੀਂ ਗੱਲ ਨਾ ਹੈ ਅਖ ਮੈਂ ਤਾਂ ਉਹ ਕੋ ਜ਼ਿਆਦਾ ਮੈਂ ਕਿਹੜਾ ਸੁਧਰਣ ਵਾਲਾ ਮੈਂ ਕਿਹੜਾ ਠੀਕ ਹੋਣ ਵਾਲਾ ਮੈਂ ਵੀ ਤਾਂ ਆਖ ਮੈਂ ਆਪਣੀ ਮਰਜ਼ੀ ਕਰੇ ਨਾ ਮਰਦ ਦੀ ਕੋਈ ਕਦਰ ਕਰਿੰਦੀ ਮੈਂ ਵੱਡਾ ਤੁਹਾਡਾ ਵਿਰਾ ਹਾਂ ਬਾਵੇਂ ਨਿੱਕਾ ਆਖਿਰ ਇੱਕ ਮਰਦ ਤਾਂ ਹਾਂ ਨਾ ਤੁਹਾਡਾ ਵਿਰਾ ਤਾਂ ਹਾਂ ਨਾ ਮੁਰ ਤੂੰ ਵੀ ਇੱਜ਼ਤ ਕੀਤੀ ਕਰ ਕਰਵਾਏ ਕਰ ਮੈਂ ਤੇਰੀ ਵੱਡੀ ਭੈਣ ਆ ਮੇਰਾ ਵੀ ਹਯਾ ਕੀਤਾ ਕਰ ਹਾਂ ਡਾਡਾ ਹਯਾ ਹੈ ਬਈ ਅੱਗੇ ਮੈਂ ਆ ਕੇ ਪੁੱਛਿਆ ਤੇਰਾ ਤੱਬੇ ਉੱਥੇ ਮੈਂ ਲਿਟਾ ਦਿੱਤਾ ਚੰਗਾ ਨਹੀਂ ਸੁਕੀਤਾ ਇੱਕ ਗੱਲ ਯਾਦ ਰੱਖ ਬਾਹਰ ਰਿਆ ਕਰ ਪਤਾ ਹੀ ਅੱਬੇ ਦਾ ਉਹ ਸਰ ਤੋਂ ਵੀ ਨਹੀਂ ਆਖਿਆ ਵੀ ਆਪੀ ਮੈਂ ਤੇਰਾ ਨਿੱਕਾ ਪੀਰਾ ਤੋਂ ਵੀ ਗੱਲ ਸੁਣੋ ਸਮੀ ਜੀ ਕਾਈ ਨਹੀਂ ਚਾਚੇ ਨਾਲ ਚਾਚਾ ਹੈ ਮੇਰਾ ਮੈਂ ਬਕਰੀ ਨੂੰ ਪਾਣੀ ਪਿਵਾ ਲਵਾਂ ਅੱਛਾ ਰੇ ਹਾਂ ਚਾਚਾ ਉਹ ਮੈਂ ਤਾਂ ਸੁਣਿਆ ਇਹ ਦੁਕਾਨ ਕਬੜੀ ਜੰਦੀ ਪਈ ਹੈ ਤੇ ਕਿਤੇ ਟੀਵੀ ਤੇ ਰਾਤੀ ਨਾ ਚੱਲ ਗਈ ਹਾਂ ਟੀਵੀ ਤੇ ਰਾਤੀ ਜਾ ਵੇਖੀ ਤੂੰ ਉਹ ਕੌਣ ਲਾਇਕ ਖਲਾ ਉੱਥੇ ਉਹ ਤਾਂ ਕੁਬਾਰਾਂ ਦੇ ਲਵਾਕ ਜਸਾ ਤੇ ਉਹ ਕਾਂਗ ਦੀ ਵਾਸਤੇ ਲਾਇਕ ਆਇਆ ਖਲੇ ਕਾਂਗ ਆਈ ਹੈ ਨਾ ਦਰਿਆ ਵੇਖੇ ਟੀਵੀ ਦੇ ਵਿੱਚ ਅੱਬੇ ਨੂੰ ਪਤਾ ਲੱਗ ਗਿਆ ਚਾਚਾ ਤਾਂ ਉਸ ਮੁੜ ਸ਼ੁਰੂ ਹੋ ਵੈਣਾ ਪਤਾ ਤਾਂ ਹੈ ਤੁਹਾਨੂੰ ਇਨਸ਼ਾਅੱਲਾ ਕਾਂਗ ਚ ਲੋੜ ਜਾਵੇ ਤੇ ਹੱਥੀ ਨਾ ਆਵੇ ਕਿਤੇ ਇਹੋ ਚਾਚਾ ਚਾਚਾ ਗੱਲ ਕਰਾਂ ਅੱਬੇ ਨਾ ਦੱਸੇ ਸੇ ਹੈ ਨਹੀਂ ਪੱਕੀ ਗੱਲ ਪੱਕੀ ਸੱਤ ਪੁੱਛੇ ਸਿਤਾ ਪਾਣੇ ਇੰਨੇ ਹੀ ਹੋਵੇ ਅਸਤਰ ਤੇਰਾ ਵੀ ਨਾ ਲੈ ਆ ਲਿਆ ਮੇਰੀ ਗੱਲ ਸੁਣ ਪੁੱਤਰੋ ਲੈ ਚਾਚਾ ਗੱਲ ਸੁਣ ਔਰ ਆਵੇ ਨਾ ਚਾਚਾ ਆਏ 100 ਰੁਪਇਆ ਤੇ ਦੇ ਯਾਰ 100 ਰੁਪਇਆ ਤੈਨੂੰ ਲੈ ਦੇਣਾ ਬੋਲੇ ਉਹਨਾਂ ਦੇ ਕੋਲ ਤੂੰ ਲੈ ਦੇਣਾ ਚਾਚਾ ਨਾ ਲੈ ਦੇਣਾ ਯਾਰ ਮੇਰੇ ਪੈਸੇ ਤੇਰਾ ਪਿਓ ਲੈ ਲੈਂਦਾ ਮੈਂ ਕੀ ਕਰਾਂ ਹਾਂ ਚਾਚਾ ਦਿੰਦਾ ਹੀ ਕਾਸ਼ ਹੁਣ ਹੋ ਗਿਆ ਵਿਲਾ ਜੇ ਨਾ ਭਈ ਸਨ ਟੀਵੀ ਲੈ ਦੇ ਚਾਚਾ ਅੱਬੇ ਨੇ ਕਦੀ ਇਹ ਤਾਂ ਗੱਲ ਕਰੇ ਨਾ ਹਾਂ ਤੇ ਉਹ ਮਰ ਵੀ ਡਰਾਮਾ ਲੱਗਦਾ ਹੈ ਮੈਂ ਬਹੁਤ ਚੰਗਾ ਲੱਗਦਾ ਮੈਂ ਨਾ ਚੰਗਾ ਉਹ ਦੁਕਾਨ ਤੇ ਕਿਉਂ ਬਾਨਾ ਇਹ ਡਰਾਮੇ ਦੇ ਫਾਰੇ ਤਾਂ ਬਾਨਾ ਸੱਚੀ ਮੈਂ ਗੱਲ ਕਰੀ ਸਾਂ ਹਾਂ ਮੈਂ ਅੱਬੇ ਨੂੰ ਗੱਲ ਕਰੀ ਸਾਂ ਮੇਰੀ ਮਨ ਵੀ ਲੈਂਦਾ ਕਦੀ ਉਹ ਤਾਂ ਮੈਂ ਆਖੇ ਨੇ ਇੱਥੇ ਲਿੱਤਰ ਕੇ ਨੂੰ ਵਜਦੇ ਪਏ ਆਂ ਉਹ ਕੌਣ ਆ ਰਾਵੇ ਨਾ ਆਈ ਦੇ ਦੂ ਦੂ ਰੱਖੀ ਦੇ ਵੈਨਾ ਬਾਰ ਬਾਰ ਜਿਹੜੇ ਜ਼ਖਮ ਇਹਨਾਂ ਤੋਂ ਲੂਣ ਜੱਸੀ ਰੱਖਦੇ ਹੋ ਲੂਣ ਜੱਸੀ ਰੱਖਦੇ ਹੋ ਬੈਣਾ ਕੀ ਸ਼ੋ ਮੇਰੀਆਂ ਬੈਣਾ ਕੀ ਸ਼ਾ ਮੇਰੀ ਬੜੀ ਮਨ ਬਾਰ ਜਦਾ ਨਹੀਂ ਕਰਨਾ ਮਲੰਗੀ ਇਹ ਕੰਮ ਮਲੰਗੀ ਕਰ ਚਾਚਾ 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 ਜਦੋਂ ਤੇਰੀ ਮਨ ਦੇ ਘਰ ਮੋੜੋ ਵੀ ਤੇ ਗੱਲਾਂ ਕਰੇ ਹਲਾ ਪਾਲੇ ਹਾਏ ਗੱਲ ਤਾਂ ਹਾਂ ਯਾ ਹਲਾ ਠੀਕ ਹੈ ਮੈਂ ਆ ਚਾਚਾ ਇਹ ਤਾਂ ਕਰ ਮੈਂ ਆ ਜਾਣਾ ਤੇ ਮੋੜ ਮੈਂ ਵੀ ਹੁਣ ਚਾਚੀ ਵਾਸਤੇ ਸੋਚੀ ਵਧੀਆਂ ਦੋ ਸੂਟ ਬਣਾ ਬਾਰ ਹਲੇ ਸੋਚ ਮੈਂ ਤੈਨੂੰ ਕੀ ਲੈ ਜਾਣਾ ਚਾਚਾ ਤੇਰਾ ਰੜਾ ਹੋਵੇ ਇਨਸ਼ਾਅੱਲਾ ਨਾ ਉਮਰ ਵਾਲੂ ਵੇਦਾ ਪੇ ਨਾ ਕੋ ਜਲੇ ਮੈਂ ਗੱਲ ਕਰੇ ਨਹੀਂ ਚਾਚੀ ਦੇ ਬਾਰੇ ਉਫਲਣ ਲੱਗ ਪੈਂਦਾ ਤੂੰ ਹੋਏ 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 ਤੌਬਾ ਮੇਰੇ ਅੱਲਾ ਨਹੀਂ ਮੈਂ ਪੂਰਾ ਗੱਲ ਸੁਣ ਗੱਲ ਸੁਣ ਗੱਲ ਸੁਣ ਮੈਂ ਤੱਲੂ ਨੂੰ ਕੀਤਾ ਫੋਨ ਤੇ ਉਹ ਆਉਂਦਾ ਪਿਆ ਮੈਨੂੰ ਮਿਲਣ ਵਾਸਤੇ ਤੇ ਇੱਦਾਂ ਦੀ ਵੇਖੀ ਰੱਖੀ ਜਲੇ ਅੱਬਾ ਆਵੇ ਤੇ ਮੈਨੂੰ ਲਾਜ਼ਮੀ ਦੱਸੀ ਬਾਲੀ ਮੈਂ ਆਖ ਸਾਂ ਟੋਕਰੇ 'ਚ ਤਿਤਲੀ ਫਸ ਗਈ ਨਹੀਂ ਨਹੀਂ ਉਹ ਗੱਲ ਨਾ ਕਰੀ ਤੂੰ ਇਹ ਜੀ ਕੋਈ ਗੱਲ ਹੀ ਨਾ ਕਰੀ ਤੂੰ ਸਿਰਫ ਹੀ ਆਖੀ ਅੱਬਾ ਬਸ ਇਤਨੀ ਗੱਲ ਕਰਦੇ ਮੈਂ ਆਪੇ ਸੰਭਲ ਬਈ ਸਾਂ ਅੱਲਾ ਕਰੇ ਤਾਂ ਮੈਂ ਖੇ ਵੀ ਪਾਟਾ ਢੋਲ ਕਿ ਨਾ ਹੋ ਨਾ ਹੋਵੇ ਆਪਣੇ ਖੇਲਣ ਬਹਿ ਸੁਣਾ ਇਨਸ਼ਾਅੱਲਾ ਤਰੋਟੀ ਨਵੀਂ ਗੱਲ ਸੁਣ ਮੇਰੀ ਮੈਂ ਕਿਡੀ ਡਰ ਗਈ ਆ ਮੈਨੂੰ ਤਾਂ 24 ਘੰਟੇ ਅੱਬੇ ਡਰਾ ਕੇ ਰੱਖੇ ਹੋਏ ਆ ਜਿਹੜੀਆਂ ਤੁਸੀਂ ਰੰਨਾ ਆਉਂਦੀ ਹੋ ਨਾ ਤੁਹਾਡੀ ਲਾਸ਼ ਭਾਵੇਂ ਜਿਹੜੀ ਵੱਡੀ ਹੋਵੇ ਤਲਾ ਤੁਹਾਡਾ ਨਿੱਤਾ ਜੇ ਹੁੰਦਾ ਓਏ ਅਸੀਂ ਮਰਾ ਤਾਨੇ ਜਿਹੜੇ ਵੀ ਅਸੀਂ ਬਦਮਾਸ਼ ਹੁੰਦੇ ਆ ਤਲਿਆ ਵੇਖ ਲਾ ਸ਼ੀਂ ਦਾ ਤਲਿਆ ਰਸਦਾ ਤਲੂ ਜਦੋਂ ਆਈ ਨਾ ਮੈਦਾਨ ਚ ਗੱਲਬਾਤ ਮੈਂ ਤੇਰਾ ਕਲਿਆ ਵੇਖ ਸਾ ਤੂੰ ਕਿਤਨਾ ਇੱਕ ਮਾਰਾ ਦੇ ਪਿਆ ਜਦੋਂ ਅਜ਼ਮਾਉਣਾ ਹੋਵੀ ਨਾ ਹੈ ਉਦੋਂ ਮੈਨੂੰ ਅਜ਼ਮਾ ਲੈ ਵੇਖ ਤੇਰੇ ਪਿਆਰ ਤੂੰ ਤੁਰਬਾਨ ਹੋ ਜਾ ਸਾ ਆ ਪਾ ਗਿਆ ਹੈ ਇਹ ਅੱਬਾ ਹੈ ਯੋ ਸੱਥਿਆ ਆਪਣਾ ਭੂਤ ਹੈ ਜਿਸ ਤੂੰ ਮੈਨੂੰ ਡਰਾਉਂਦੀ ਪਈ ਤੇਰਾ ਕਲਿਆ ਜੀ ਬਹੁਤ ਵੱਡਾ ਸਾਰਾ ਇਥੇ ਮੈਂ ਅਜ਼ਮਾ ਕੇ ਵੇਖਿਆ ਨਾ ਪਤਾ ਹੀ ਨਹੀਂ ਦੱਲ ਅਸਲ ਦੇ ਵਿੱਚ ਮੈਂ ਇਤਰਾਮ ਤੂੰ ਡਰਿਆ ਥਲਾ ਅੱਛਾ ਹਲੇ ਦੱਸੋ ਜਿਸ ਤੇਰੇ ਫੋਨ ਫੱਟਿਆ ਸੁ ਮੋੜ ਪਿੱਛੇ ਤਾਂ ਇਹਦਾਲ ਬਾਤ ਤਾਂ ਨਾ ਸੀ ਤੀ ਅੱਛਾ ਗੱਲ ਸੁਣ ਉਹ ਅੱਬੇ ਦੇ ਮੋਬਾਈਲ ਚੋਂ ਮੈਂ ਨੰਬਰ ਹੀ ਤੇਰਾ ਕੋਈ ਨਾ ਯਾ ਬਲਾਂ ਥੁਦੋ ਦੀ ਤੂੰ ਵੀ ਤੋਈ ਨਾ ਆਤੀ ਤਾ ਨਹੀਂ ਕੋਈ ਨਾ ਯਾ ਕੀਤਾ ਤੇ ਮੈਂ ਵੀ ਤੋਈ ਨੂੰ ਸੀ ਤਾ ਤੇ ਹੁਣ ਜੇ ਅੱਬੇ ਦੀ ਕਾਲ ਆਈ ਬਸ ਕੀ ਕਰੇ ਸੇ ਹੈ ਹਲੇ ਦੱਸ ਇਹ ਤੁਹਾਡਾ ਅੱਬਾ ਇਹਦਾ ਖੜੂਸ ਤੇ ਹੋਏ ਇਹ ਅੱਬਾ ਪਤਾ ਹੈ ਸ਼ੀ ਬਿਮਾਰੀ ਹੈ ਅੱਬੇ ਨੂੰ ਨਾ ਤੁਹਾਡੇ ਧਾਰੇ ਚ ਟੀਵੀ ਨਾ ਤੁਹਾਡੇ ਧਾਰੇ ਚ ਮੋਬਾਈਲ ਨਾ ਤੁਹਾਡੇ ਧਾਰੇ ਚ ਰੇਡੂਆ ਇਹ ਦੁਨੀਆ ਦੀ ਚਾਈਦਾਲ ਵੀ ਤੁਹਾਨੂੰ ਨਹੀਂ ਵੇਚਣ ਦਿੰਦਾ ਗੱਲ ਸੁਣ ਅੱਬਾ ਸਾਡਾ ਬਹੁ ਕਬੜੀ ਲਈ ਪਿਆ ਪੂਰੇ ਥੇ ਦੇ ਵਿੱਚ ਸਾਡੇ ਅੱਬੇ ਦਾ ਨਾਂ ਹੈ ਪਿਆ ਇਸ ਗੁੱਸੇ ਦੇ ਮਾਮਲੇ ਚ ਉਹ ਤਾਂ ਜੇ ਸਾਨੂੰ ਕੋਈ ਵੇਖ ਲਿਓ ਸਾਡੇ ਤਾਂ ਟੋਟੇ ਟੋਟੇ ਕਾਰ ਛੁੜੇ ਸੀ ਇਤਨੇ ਡੇਰੇ ਤੇ ਬੈਠਾ ਤੇ ਮੈਂ ਪੁੱਛਿਆ ਚਾਚਾ ਜੀ ਤੁਸੀਂ ਧਾਰੇ ਪਰ ਦੇਸ਼ ਦਾ ਟੋਤਰਾ ਤੇ ਰੱਥਿਆ ਹੋਇਆ ਪਿਆ ਥੇ ਥੇ ਚ ਲੋਤਾਂ ਨੋਵੇ ਵੀ ਅਸੀਂ ਵੀ ਅਮੀਰ ਆ ਸਾਡੇ ਧਾਰ ਵੀ ਦੇਸ਼ ਹੈ ਤੱਲੂ ਗੱਲ ਸੁਣ ਮੇਰੀ ਹਾਂ ਅੱਬਾ ਸਾਡਾ ਪੂਰੇ ਥੇ ਦੇ ਵਿੱਚ ਬਹੁਤ ਗੁੱਸੇ ਆ ਲਈ ਤੇ ਹਲਾ ਇੱਕ ਹੋਰ ਸਹੂਲਤ ਮਿਲ ਗਈ ਏ ਨਹੀਂ ਇਹ ਅੱਬਾ ਜਿਹੜਾ ਤੇਰਾ ਹੈ ਇਹ ਬਲਥੀ ਤਮਾਤੂ ਤਾਂ ਨਹੀਂ ਛਿਕਦਾ ਆ ਨਹੀਂ ਅੱਛਾ ਗੱਲ ਸੁਣ ਆਪਣੀ ਹੋਰੀ ਟੈਨਸ਼ਨ ਖਤਮ ਹੋ ਗਈ ਆਲੀਆ ਬਾਜੀ ਨਹੀਂ ਹੈ ਪਈ ਕਰ ਮਾਨੂਰ ਕੋਲ ਫੋਨ ਆਇਆ ਕਿ ਫੋਨ ਕਿਸੇ ਦਾ ਅੰਦਾ ਪਿਆ ਮੈਂ ਵੇਖਾਂ ਤਾਂ ਸਹੀ ਉਹ ਕਹਿੰਦਾ ਫੋਨ ਆਇਆ ਆ ਨੰਬਰ
मैं सुन करना फोन आप ए कौन आई ओ 60,000 ਦਾ ਮੋਬਾਈਲ ਭਾਈ ਮਾਨ ਲੈ ਕੇ ਦਿੱਤਾ ਹੁਣ ਤਾਂ ਮੈਨੂੰ ਟੈਨਸ਼ਨ ਹੀ ਕੋਈ ਨਹੀਂ ਮੈਂ ਤੇਰੇ ਨਾਲ ਆਰਾਮ ਨਾਲ ਵੀਡੀਓ ਉਹ ਇੱਕ ਹੋਰ ਗੱਲ ਹੈ ਉਹ ਵੀਡੀਓ ਕਾਲ ਹੀ ਹੁੰਦੀ ਤੂੰ ਸਾਹਮਣੇ ਮੇਰੇ ਨਜ਼ਰਮ ਸੇ ਤੇ ਅੱਲਾ ਦੀ ਬੰਦੀ ਮੁੜ ਜਿੱਲਾ ਥੇੜੀ ਦਲ ਦੀਆਂ ਧੱਤੀ ਰਥੀਆਂ ਨੂੰ ਅੱਛਾ ਜਲਦੀ ਕਰੋ ਨੰਬਰ ਹੀ ਲਿਖ ਲਾ ਹਾਂ ਆਪਣਾ ਨੰਬਰ ਸੀ 0345 ਹਾਂ ਇਹ ਆਵਾਜ਼ ਕਈ ਦੀਆਂ ਦੀ ਪਈ ਹੈ ਆਵਾਜ਼ ਛੱਤ ਨੇ ਮੇਰੇ ਫੋਨ ਹੈਲੋ ਤੂੰ ਹੈਲੋ ਤੂੰ ਕੌਣ ਹੈ ਹੈ ਕੌਣ ਹੈ ਤੂੰ ਮੈਂ ਸੌਣਾ ਕੌਣ ਹੈ ਤੂੰ ਮੈਂ ਪੁੱਛਣਾ ਉਹ ਤਮੀਜ਼ ਨਾਲ ਦਲਤਾਰ ਤੈਨੂੰ ਪਤਾ ਤੋਂ ਨਹੀਂ ਵੀ ਤੂੰ ਦਲਤਾ ਰਹਿੰਦਾ ਪਿਆ ਚੁੱਪ ਤੇ ਦੇ ਨੇ ਤਵਾਰੀ ਹੈ ਬਦਤਮੀਜ਼ ਕੁੱਤੇ ਆ ਮੈਂ ਜੀਵਨ ਖਾਨ ਬੁਲੰਦਾ ਪਿਆ ਉਹ ਜੀ ਤੂੰ ਕੌਣ ਹੈ ਹੈ ਹੈਲੋ ਹੈ ਆਪਣਾ ਮੈਂ ਸੱਚੋ ਮੈਂ ਤਰੁਬਾ ਦੀ ਕੋ ਵੱਡਾ ਹੈ ਸੱਚੋ ਤੂੰ ਹੈ ਇੱਥੇ ਕਿਹੜਾ ਹੈ ਸੱਚੋ ਲੱਗ ਹੋਇਆ ਇੱਥੇ ਪਿੰਡ ਦੇ ਵਿੱਚ ਮੇਰੀ ਨੌਕਰੀ ਨਿਸ਼ਾਰੇ ਲੱਦੀ ਹੋਈ ਨਿਸ਼ਾਰੇ ਲੱਗੀ ਮੈਂ ਹੁਣੇ ਜਾਣਾ ਨਾ ਥਾਣੇ ਹੇ ਤੇ ਮੈਂ ਢੋਲ ਤੇ ਸਦਿਆ ਅੱਬਾ 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 ਤੇਰਾ ਹੈਲੋ ਹੈਲੋ नंबर सुहाफ डायल इस्रान में नाता चाहूँ प्लीज ट्राई लिटर थोड़ी देर बाद चाहूँ दीजिए ओ कौन है तू ड्रम में जाया एक मिनट ए दास दास थोड़ा उन मालूम हो सी कंप्यूटर बोल चुप चुप मोड़ा दे हेलो हेलो हाँ जी मैं पूछता प्यार कौन है तो कितने तू नहीं नहीं चाचू जी मैं दस है ना अत अपना इस तरह होया है भाई अपना अपना जेड़ा है ना धलती नंबर डाल दे हित नंबर दा गलत फहमी हो तुझे तू सिरे मैंने अपना नाम दस तू आए कौन बस मेरा नाम जनाब नूरा मंदिर थान ते हूं नूरा मंदिर थान ते असी इथू जांदे पए असी अपनी जुदियां शुदियां पट्टे छले साडा तराते समान नूरा मंदिर खान हां अच्छा 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 जी यानी कि नंबर गलत डाल गया तू हां बिल्कुल नंबर गलत डाल दिया जी या नंबर बिल्कुल गलत डाल दिया मेरे तुम प्यार करे होवे तेरा खाना खराब कल अब्बे मैनू वेख लिया अब्बे तो मेरे चीरे पाड़े कर देवने मेरी बोटी बोटी कर देवनी सु मनुस मर रहे तू मगरू लै तेरे नाल मैं प्यार करके बोड मर गई हां इस नाल तो छूनी पानी घात ते मैं डूब के मर जावा जी भाई बावी मॉडल होंडा सिविक है जी रिबोन है सेल करनी जी हां जी साडी भाई 23 लाख डिमांड कीती ठीक दस्या है मैं कॉल कर ओके क्यों ये ताप है है डॉक्टर ते लाइन नहीं नहीं ओ ताप नहीं और केड़ा ताप सात सियाणियां दी दल्ला बणी होई प्यार दा कोई फायदा नहीं जेड़ा हार रांझा मज्जी चरा 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 ते ओदी थेड़ी त्रुट दे माईवाल पट दा दोष ओदी ताई ताई विचो रालू वदियां वदियां पट दे ते जेड़ा पुन्नू आ उन लोता पत्थर मार 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 ते ओदा सिर पाड छड़े मैं प्यार दे पिछे उन्हां दे डर दे आ ओ जेड़ा जीवन सान नहीं दहशत दर्दी तेरा मारे ला दिया प्यार कर दी अल्लाह दे बंदे रखनी कान मुड इतने सूई चू लद्दे पए है उस आख्या मैं तेरे पिछे जान दे दसा मैं आख्या मैं भी जान दे मुंडा प्यो मुंडा डाइवर वो सेंज गलां तीतियां ताप चढ़िया थल होश गुलाबी तात दी मदरी जिसले ताले टपड़े पेंदी है ते अहीं नहीं तार ते टुरदी है उसले दिल ते छुरियां चलदी है काज दी मदरी हां मदरी जई है ओंदे कोई वड्डी बहन भी है हैं हे थए बदेड़ जई वाले शाले पाए ओंदे बारे बकवास ना करी ਉੱਥੇ ਹੋਏ ਇਸ ਦਾ ਮਤਲਬ ਹੈ ਭਈ ਤੀਰ ਨਿਸ਼ਾਨੇ ਤੇ ਲੱਦਾ ਛਲਾ ਹੈ ਨਹੀਂ ਐਸੀ ਕੋਈ ਗੱਲ ਨਹੀਂ 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 ਜਿਹੜਾ ਤੂੰ ਵੱਡਿਆਂ ਵਾਲਾਂ 'ਚ ਧੱਦੇ ਮਰੇ ਨਾ ਹੈ ਨਾ ਤੇ ਦੋਵੇਂ ਦੋਵੇਂ ਧੰਤੇ ਅੱਧੂ ਸ਼ੀਸ਼ੇ ਦੇ ਥਲੋਂ ਨਾ ਹੁਣ ਸਾਰੇ ਰੋਲੇ ਦਾ ਪਤਾ ਲੱਦਾ ਤੇ ਹੋਇਆ ਕੀ ਹੈ ਮੈਂ ਤਾਂ ਭਾਈ ਅੱਜ ਤੋਂ ਬਾਅਦ ਮੇਰੇ ਤਾਂ ਪਿਓ ਦਾਦੇ ਦੀ ਤੌਬਾ ਭਾਈ ਆ ਮੈਂ ਨਾ ਤਾਂ ਦੀ ਵੀ ਲੱਦਾਂ ਉੱਤੇ
ਹੋਇਆ ਕੀ ਏ ਹੋਇਆ ਜਿਹਦਾ ਰੁੱਤੂ ਆ ਜਾਂਦਾ ਪਤਾ ਨਹੀਂ ਸੀ ਸੀ ਉਮਣਾ ਤੇ ਉਹ ਉਮਣਾ ਹਸਪਤਾਲ ਲੈ ਟਾਂਤੇ ਹੀ ਨਾ ਲਾਉਣੇ ਉਸ ਜਦੋਂ ਨਹੀਂ ਨਾ ਕਰ ਮੇਰੇ ਸ਼ੀਸ਼ੇ ਨਾ ਕੋ ਜੋ ਇਡਲੀ ਹੁਣ ਬੋ ਆਪਣਾ ਤੋਈ ਫਾਇਦਾ ਨੂੰ ਪਿਆਰ ਸ਼ਾਰ ਦਾ ਗੱਲ ਖੋਲ ਕੇ ਦੱਸ ਵੀ ਗੱਲ ਕੀ ਹੋਈ ਉਸ ਨੂੰ ਮੈਂ ਆਥਿਆ ਆਈ ਲਵ ਯੂ ਤੇ ਇੰਜ ਹੋਇਆ ਸਾਡਾ ਪਿਆਰ ਤਾਂ ਪਹਿਲੇ ਹੋ ਇਸ ਵਾਰੀ ਗਲਤੀ ਨਾਲ ਫੋਨ ਆ ਦੇ ਤੇ ਉਹ ਨੰਬਰ ਵਿੱਚੋਂ ਡਿਲੀਟ ਤੋਂ ਹੀ ਨਾ ਹੋਇਆ ਨਾ ਉਸ ਸੀਤਾ ਤੇ ਨਾ ਮੈਂ ਅੱਜ ਮੈਂ ਉਹਨਾਂ ਦੇ ਧਾਰਾਂ ਮੁਸੂ ਦੇ ਪਿਓ ਦਾ ਫੱਟ ਫੋਨ ਆਇਆ ਮੈਂ ਵੀ ਚੰਦੀਆਂ ਛੱਡੀਆਂ ਪਹਿਲੇ ਕਿਵੇਂ ਮੈਂ ਆਖਿਆ ਮੈਂ ਆਪ ਬੜਾ ਸੱਚੋ ਮੈਂ ਬਦਮਾਸ਼ ਹਾਂ ਮੈਂ ਸੀ ਜਾਣਾ ਤੂੰ ਢੇੜੀ ਛਾਂ ਅਕੋਸ ਕੀ ਆਖਿਆ ਯਾ ਉਸ ਦੱਸਿਆ ਮੈਂ ਜੀਵਨ ਸਾਨਾ ਮੇਰੀਆਂ ਲੱਤਾਂ ਹੀ ਤੰਬਣ ਲੱਗ ਪਈਆਂ ਹੁਣ ਉਸ ਮੇਰੇ ਮੱਦੇ ਰੋਮਣ ਮੈਂ ਆਖਿਆ ਮੈਂ ਨੂਰਾ ਮੋਦਰ ਥਾਣ ਅਸੀਂ ਇੱਥੋਂ ਜਾਂਦੇ ਪਾਇਆ ਹੈ ਪੱਕੇ ਹਾਂ ਠੀਕ ਤੇ ਇੱਥੋਂ ਤੋਂ ਪੁੱਛੇ ਨਾ ਬਾਈ ਆਹ ਨੰਬਰ ਤੇ ਇਸਦਾ ਤੇ ਤੂੰ ਆਥੀ ਪਤਾ ਨਹੀਂ ਤੇਰੇ ਤੁੱਤੇ ਬਿੱਲੇ ਦਾ ਮੈਨੂੰ ਤੇ ਪਤਾ ਘਬਰੇ ਨਹੀਂ ਮੈਂ ਹੱਲ ਕੱਢ ਲਈ ਹਲ ਬਸ ਠੀਕ ਪੱਕੀ ਗੱਲ ਮਤਰੀਆਲੀ ਆ ਨਾ ਹੈ ਬਾਈ ਵੱਡੀ ਤਾਂ ਮੇਰੀ ਦੀਨ ਦੁਨੀਆ ਦੀ ਭੈਣ ਹੈ ਤੇ ਦਿੱਤੀ ਮੈਂ ਹਿੱਤ ਵਾਰੀ ਨੂੰ ਸਦਣ ਜਾ ਲਾਂਤੀਆ ਓਏ ਹਾਲ ਮੇਰੇ ਤਾਂ ਪ੍ਰਕਾਰ ਘੜ ਲੈਣ ਉਹ ਮੈਂ ਆਖਿਆ ਡਾਂਦੀ ਤਾਂ ਕਿਸੇ ਵਾਲ 'ਤੇ ਡਾਂਦੀ ਉਹ ਬੰਦੇ 'ਚ ਬੰਦਾ ਹੀ ਕੋਈ ਨਾ ਜਿਸ 'ਤੇ ਡੋ ਆ ਉਹ ਸ਼ੁਕਰ ਆਪਣਾ ਮਿਆਰ ਰੱਖਿਆ ਲੱਟ ਹੈ ਮੈਂ ਸਦੇ ਮੈਂ ਕਿਹਾ ਉਹਦਾ ਨਲਕਾ ਚਗੇੜ ਮੈਂ ਪੈਰ ਧੋ ਲਵਾਂ ਆਪੀ ਹਾਂ ਤੈਨੂੰ ਗੱਲ ਦੱਸਾਂ ਕਿਹੜੀ ਗੱਲ ਰੜੀ ਨਿਕਲ ਜਾਣੀ ਜਿਹੜੀ ਆਲੀਆ ਬਹਿਣ ਨੂੰ ਵੱਡੇ ਵਾਲਾਂ ਦਾ ਛੋਰ ਨਹੀਂ ਆਉਣਾ ਸੱਤੀ ਛੋਰ ਖਾਲੀ ਆਉਣੀ ਬਕਵਾਸ ਕਰੇ ਨੀ ਮੇਰੇ ਕੋਲ ਚੱਲ ਘਰ ਜਾ ਤੇ ਕਿਸੇ ਦਾ ਗੁੱਸੀ ਕਰਨਾ ਪਈ ਕਰੇ ਚੱਲ ਚੱਲ ਆ ਜਾ ਮੈਂ ਆਉਂਦੀ ਪਈ ਆ ਤੁਝਾ ਹੇ ਕਮਲੀ ਜਾਈਏ ਤਾਂ ਸਿਰ ਮਰਾ ਹੂ ਆਈ ਆਲੀਆ ਬਹਿਣ ਦਾ ਹੂੰ ਚਗਾ ਲੈ ਮੈਂ ਵੀ ਜਾਵਾਂ ਹੁਣ ਸਿਰੋ ਕੋਈ ਅੱਖ ਲਾ ਮੈਂ ਹਾਂਜੀ ਉਰਾ ਵੇ ਨਾ ਹਾਂਜੀ ਉੱਪਰ ਵੇਖੀ ਇੱਕ ਮਹੀਨਾ ਤੋਂ ਉੱਤੋਂ ਕੋਈ ਆ ਨਾ ਜਾਵੇ ਕੋਈ ਆਵੇ ਤਾਂ ਮੈਨੂੰ ਦੱਸੀ ਲਾਜ਼ਮੀ ਹੈ ਨਾ ਮੈਨੂੰ ਆਪੇ ਮਾਂ ਨੂਰ ਵੀ ਆਂਦੀ ਹੈ ਬਈ ਉੱਥੋਂ ਖਿਆਲ ਕਰੀ ਕੋਈ ਆ ਨਾ ਜਾਵੇ ਤੇ ਹੁਣ ਤੁਸੀਂ ਵੀ ਤੇਰੀ ਜ਼ਬਾਨ ਕੋਈ ਗੱਲ ਸੁਣ ਮੇਰੀ ਇਹਨੂੰ ਕਾਈ ਗੱਲ ਨਾ ਕਰ ਤੈਨੂੰ ਪਤਾ ਲੱਗਾ ਕੀ ਹੋਇਆ ਕੀ ਹੋਇਆ ਇਸ ਕਿਦਾਂ ਹੀ ਤੈਨੂੰ ਵਾਲਾਂ ਨੇ ਕੋਲ ਵੇਖ ਲਿਆ ਤੇਡਾ ਉੱਚਾ ਉੱਚਾ ਆ ਕੇ ਮੈਨੂੰ ਦੱਸਣ ਲੱਗ ਗਈ ਤੇ ਮੈਨੂੰ ਚੁੱਪ ਕਰਾ ਮੈਂ ਕਿਹੜਾ ਵਾਲਾਂ ਆ ਉਹ ਲੰਬੇ ਵਾਲਾ ਛੋਰ ਜੇ ਬਾਕ ਖਲੋ ਦਰ ਦਰ ਬਦਤਮੀਜ਼ੋ ਮੇਰੀ ਸਹੇਲੀ ਹੈ ਛੋਏ ਰਿਓ ਮੈਂ ਕਿਹਾ ਜਦੋਂ ਸੇ ਤੂੰ ਵੇਖਿਆ ਨਾ ਉਹਦੀ ਵੱਡੀ ਵੱਡੀ ਦਾੜੀ ਤੇ ਮੁੱਛਾਂ ਮੈਨੂੰ ਉਹ ਛੋੜ ਲੈ ਛੋਰੇ ਹੋ ਹਲਾ ਹਲਾ ਉਹ ਮੈਨ ਸਮਝ ਆਈ ਉਹ ਜਿਹੜੀ ਹੈ ਦੂਈ ਸਮਰਾ ਨਹੀਂ ਹੋ ਆਪਣੇ ਵਾਲਾਂ ਫੜ ਕੇ ਨਾ ਤੇ ਮੈਨਾਂ ਦੀ ਆ ਵੇਖ ਮੈਂ ਛੋਰੀ ਬਣ ਮੈਨੀ ਆਈ ਕਰਕੇ ਉਹ ਦੀ ਗੱਲ ਕਰੇਂਦੀ ਪਈ ਮੈਂ ਗੱਲ ਕੀਤੀ ਮੈਂ ਕਿਹਾ ਕੋਈ ਛੋਏ ਰੋਵਣੀ ਹੈ ਹਾਂ ਉਸ ਮੈਂ ਦਰਸਿਆਣੀ ਹੈ ਤੇ ਉਸ ਦਾ ਫੋਨ ਚਾਰਜ ਕਰਨ ਲਾਇਆ ਆਂਦਾ ਬਸ ਆਖਾ ਬਿਜਲੀ ਸਾਡੇ ਘਰ ਕਾਇ ਨਹੀਂ ਤੇ ਉਹਨੇ ਮੈਂ ਕਾਲ ਕਰੂੰ ਵੀ ਮੇਰਾ ਪਿਓ ਆਉਣ ਵਾਲਾ ਤਿਆਗ ਕੇ ਲੈ ਜਾ ਸਲਾਨਾ ਤੇ ਮਧਰੀ ਪਲੀ ਤਾਂ ਮੇਸੀ ਏ ਸਗਵੀ ਪਿਓ ਤੇ ਗਈ ਐ ਅੱਲਾ ਬਾਹ ਨਹੀਂ ਗੱਲ ਇਹਨੂੰ ਬਹਿਣ ਨੂੰ ਮੈਂ ਮੈਨੂੰ ਮਾਨ ਦਿੱਤਾ ਤੇ ਇੱਥੇ ਵੇਖ ਚੰਗੀ ਬੈਂਡ ਨੂੰ ਮੈਂ ਦੋ ਗੱਲਾਂ ਕਰ ਲਵਾਂ ਅੱਲਾ ਮੈਂ ਵੇਹਨੀ ਆ ਤੇ ਬਚ ਕੇ ਫੇਰ ਮਰਾ ਹੀ ਸਾਡਾ ਵੀ ਮੈਂ ਸੋਹਣੀ ਲੱਗਦੀ ਬਈ ਠੀਕ ਹੈ ਠੀਕ ਆ ਓਏ ਨਾਲਕੀ ਬਾਂਦਰੀ ਜੀਏ ਏ ਨਿੱਕੀ ਮੇਰੀ ਭੈਣ ਪਰਾਂ ਵਗ ਜਾ ਇਹ ਤੁਹਾਡੇ ਸ਼ਕਲਾਂ ਕਿਉਂ ਨਹੀਂ ਰਲਦੀਆਂ ਇਹ ਕਾਲੀ ਕਲੂਗੀ ਏ ਅੱਬੇ ਤੇ ਗਈ ਅੱਬੇ ਤੇ ਆਏ ਅੱਬੇ ਤੇ ਗਈ ਤੂੰ ਅੰਮਾ ਤੇ ਗਈ ਹੋਰ ਠੀਕ ਹੈ ਠੀਕ ਓਏ ਮਾਨੂਰ ਏ ਮਾਨੂਰੋ ਪਰਾਂ ਜਾ ਇਹਨਾਂ ਮੈਂ ਸਾਰੀ ਸ਼ੀਸ਼ੇ ਮੈਂ ਹੋਣ ਹੋਏ ਨਹੀਂ ਜਿਹੜੇ ਕੰਮਾਂ ਤੇ ਲੱਗੀ ਵਦੀ ਏ ਕੀ ਹੋਇਆ ਜੀ ਆ ਇਹਦਾ ਖਸਮ ਆਇਓ ਆ ਮੇਰੇ ਕੋਲ ਤੱਲੂ ਮੈਨੂੰ ਦੱਸਿਆ ਫਦੀਜੇ ਕੋਈ ਨਹੀਂ ਆਏ
अबे नु सिर्फ कॉल कीती आई हां अबे वाले नंबर तू अबे नु कॉल कीती दिमाग ओ तो बैठा अबे वाले नंबर तू कॉल कीती आ मु हेलो तू ओ नंबर नीचे डिलीट कोई नहीं कीता भाई मैं कूड़ क्यों असि तो भेणा सोनिया ना ए ना रखया घर भला क्यों क्यों ਮੈਂ ਨਹੀਂ ਉਹ ਘਰ ਦੀ ਛੱਤ ਤੇ ਬੰਦਾ ਕਾਲੀ ਕੁੰਨੀ ਰੱਖਦਾ ਵੀ ਨਜ਼ਰ ਨਾ ਲੱਗੇ ਭਾਈ ਮੂੰਹ ਵੇਖਿਆ ਨੇ ਆਪਣਾ ਭਾਈ ਵੇਖੋ ਲੱਗਦਾ ਨਾ ਵੇ ਮੇਰੀ ਭੈਣ ਨੂੰ ਇਹਨਾਂ ਗੱਲਾਂ ਕੀਤੀਆਂ ਕਰ ਇਦੂ ਵੇਖੋ ਤੂੰ ਅੱਗੇ ਤਾਂ ਪਿਆਣਾ ਉਂਝ ਭਾਵੇਂ ਅਨ ਪਹਾੜ ਉਂਝ ਕਿਹੜੀਆਂ ਸੋਹਣੀਆਂ ਤੇ ਹੁਣ ਤੂੰ ਮਾਸ਼ਾਅੱਲਾ ਹਕੀਕਤ ਨਾ ਮੈਂ ਇਤੂ ਦਾ ਗਲਤ ਕਾਵੇ ਜਾਣਾ ਮੈਂ ਕਰਦਾ ਨਹੀਂ ਚਲੋ ਭਾਈ ਮੈਂ ਹੁਣ ਕਿਉਂ ਨਾ ਤੇ ਵੇਖ ਲਾ ਇਹ ਚੂਈ ਮਰੇ ਸਾਂ ਕਾਵੇ ਜਾਣਾ ਗੱਲ ਮੈਂ ਨਹੀਂ ਕਰਦਾ ਹੋਰ ਠੀਕ ਹੋ ਠੀਕ ਆ ਤਬੀ ਤਸੀ ਤਾਂ ਠੀਕ ਹੈ ਨ ਠੀਕ ਹੈ आलू पकाऊं आलू सिखावा मेरी गल तो सुनो आ देखो एक गल करा हां ए तुसी प्यो ते कोई नहीं गईया थोड़ा प्यो की मैं एक सलमा थोड़ी जी लगी प्यो थी साडे नानके बहु चिट्टे आन असि उना हथे गईया अम्मी भी साडी बहु सोणी है पठानिया गाई हेलो हां आ ए है मोर चलो चंगी गल है खेड़े सोणे लगदे खलिया तुसी भी आ गड्डी में बेचूं क्यों और लाऊं बड़ा डाला लाऊंगा बड़े वाला काला डाला लेना काला हला हां पता है मैं की करना है हां काला डाला ले के ना हां ते बीच एक ओ कुर्सी लबदी होंदी है किदे में जाके खोल के बैठ गए ओ लेनी है दो कामा नहीं रखनिया नो ओ साडे घर है नो ते अम्मी नो उस डाले ते बहा के फोतकियां ते ला गया कर लाए हां ओ ते अम्मी अपनी कुर्सी ते बस सके वाह वाह की काले डाले वाणा काम वाली है मैं रख ला काम तोर बात ते तो मेरी जान है इत नाल बावणा हला हां हला मैं सोणी लगदी पई हां दूध नहीं दूध गां दा हां ओ दे उत्तों मैं हाथ घात के सारी मलाई ला लेनी हां हला हो मैं अपने मुंह ते लेनी उदा मैं तन शर्म तू नाई दस्से तब मिली जे हां होर ओ ठीक हां तुसी भी बहु सोणे हो ਤੇ ਤੂੰ ਢੇਰ ਸੋਣਾ ਕੋਈ ਨਹੀਂ ਨਾ ਕਰ ਮਜ਼ਾਕ ਨਾ ਕੀਤਾ ਕਰ ਉਸਾ ਕਿਆ ਲਾਲ ਨੇ ਲੁਕ ਦੇ ਭਾਵੇਂ ਜੁਲੀਆਂ ਚੋਂ ਹਾਂ ਇਹ ਤਾਂ ਗੱਲ ਹੈ ਠੀਕ ਹੈ ਠੀਕ ਹੀ ਆ ਉਹ ਪੋਤਰੋ ਆ ਜੀ ਚਾਚਾ ਕੋ ਗਿਰਾ ਜਲਦੀ ਪਕਾ ਤਾਂ ਭੁੱਖ ਨਾਲ ਜਾਨ ਨਿਕਲ ਗਈ ਤੇ ਪਿਓ ਕੀ ਦੇ ਪਤਾ ਨਹੀਂ ਜੀ ਚਾਚਾ ਮੈਨੂੰ ਤਾਂ ਕੋਈ ਨਹੀਂ ਪਤਾ ਮੈਂ ਬਸ ਆ ਹੋਈ ਖਲੋਤੀ ਕੁੰਨੀ ਅੱਛਾ ਜੀ ਆ ਤੇ ਕੁਝ ਵੇਖਿਆ ਹੀ ਕਰ ਕੀ ਹੋਇਆ ਧਿਆਨ ਹੀ ਰੱਖਿਆ ਕਰ ਕਿਸ ਚੀਜ਼ ਦਾ ਚਾਚਾ ਹੈਲੋ ਹਾਂ ਉਹ ਚੰਗਾ ਮੇਰੇ ਚਾਚੇ ਨੇ ਸ਼ੱਕ ਮੈਂ ਇੱਥੇ ਪੱਕਾ ਹੋ ਗਿਆ ਇੱਕ ਹੋਰ ਮੇਰੀ ਗੱਲ ਸੁਣ ਲਾ ਹੁਣ ਜਿਹੜੇ ਮੋਬਾਈਲ ਫਦੀ ਵੀ ਹੋਈ ਸਨਾ ਤੇ ਕਿਤੇ ਨਾ ਰੱਖਿਆਗਾ ਕਿਦੇ ਵੀਡੀਓ ਕਾਲ ਚਲਦੀ ਪਈ ਹੁੰਦੀ ਸੀ ਮੈਂ ਹੇਠ ਚਾਖੜੀ ਦੇ ਰੱਖ ਸਕਦੇ ਆ ਚਾਖੜੀ ਦੇ ਰੱਖ ਸਕਦਾ ਇਹ ਨਾ ਬੰਦ ਕਰਕੇ ਕਿਤੇ ਰੱਖ ਚਾ ਚਲ ਠੀਕ ਹੈ ਚੰਗਾ ਉਤੋਂ ਆ ਨਾ ਜਾਵੇ ਮੇਰਾ ਪਿਓ ਨਾ ਆ ਜਾਵੇ ਤੇ ਚਾਚੇ ਨੇ ਮੇਰੇ ਪਾਸ ਆਈ ਨਹੀਂ ਪੈਣਾ ਪਰ ਤਾਂ ਹੋ ਜਾ ਕੀ ਹੋਏ ਉਹ ਚਾਖੜੀ ਤੇ ਥੱਲੇ ਲੁਕਾ ਸਕਦੇ ਆ ਠੀਕ ਹੈ ਚੰਗਾ ਚਲ ਠੀਕ ਹੈ ਹੁਣ ਕਿਵੇਂ ਕੱਟਣਾ ਹੈਲੋ ਮੈਂ ਆਪੇ ਕੱਟ ਲੈਣਾ ਹਲਾ ਠੀਕ ਹੈ ਜੇ ਅਸੀਂ ਹੋਰ ਪ੍ਰੋਮੇ ਨਾ ਕਰ ਉਹ ਆਖੀ ਛੋੜੀ ਇਤਨਾ ਹਲੀ ਕੀ ਤੋ ਹੈ ਨਾ ਅੱਬਾ ਬਸ ਥੋੜਾ ਟਾਈਮ ਹੈ अच्छा मैं कुन्नी अब्बा हां ओ कह दो अब दसो की दसा ओए अब्बा ओ दसो की है कुछ नहीं अब्बा मैं आके कुन्नी होई खलोती है बस अरे तू मैंने पहले ये दसो ए मोबाइल तन कहां ला दिता हां एक मिनट सुनो तो हाँ जी करो क्या बस
ਕਰ ਗੱਲ ਕਾ ਸ਼ਹਿਜ਼ਾਦ ਜੀ ਤੁਸੀਂ ਦੱਸੋ ਨਾ ਤੁਹਾਡਾ ਮੋਬਾਈਲ ਹੈ ਕੀ ਹੋ ਗਿਆ ਉਹ ਤੂੰ ਗੱਲ ਕਰੋ ਪਿਆ ਨਹੀਂ ਸ਼ਹਿਜ਼ਾਦ ਗ੍ਰਾਹਾਂ ਦੀ ਜੁਲਾ ਗ੍ਰਾਹਾਂ ਕੋ ਤੁਸੀਂ ਸ਼ਹਿਜ਼ਾਦ ਬੁਢਾ ਕਿ ਆਈ ਮੈਂ ਚਾਰ ਦਿਨ ਤੇ ਲਾ ਚੜੀ ਕਿਸੇ ਦਾ ਕੌਣ ਕਿਦੂ ਲਿਆ ਤੋਏ ਕਿਦੂ ਲਿਆ ਅੱਬਾ ਛੋਰ ਬੇਲੀ ਦਾ ਤੇ ਉਹਨਾਂ ਦੇ ਘਰ ਬਿਜਲੀ ਪਟੀ ਗਈ ਆ ਅੱਬਾ ਹੁਣ ਤਾਂ ਛੋੜ ਦੋ ਤੁਸੀਂ ਸ਼ਹਿਜ਼ਾਦ ਬਿਰਾਗ ਕਿਆ ਅੱਬਾ ਮੈਂ ਦਿੱਤਾ ਅੱਬਾ ਉਹਨਾਂ ਦੇ ਘਰ ਬਿਜਲੀ ਕੋਈ ਨਾ ਆ ਦੇ ਆ ਹੁਣ ਚੱਲ ਤੂੰ ਦਿੱਤਾ ਮੈਂ ਦਿੱਤਾ ਉਹਨਾਂ ਦੇ ਘਰ ਬਿਜਲੀ ਪਟੀ ਗਿਆ ਅੱਛਾ ਜੀ ਬਾਲਾ ਬਾਲਾ ਕੋਲ ਮੋਬਾਈਲ ਆਇਆ ਛੱਡ ਦਿਓ ਛੋੜ ਦੇ ਛੋੜ ਮੈਂ ਤੇਰਾ ਸਾਹ ਪੀ ਜਾਵਣਾ ਮੈਂ ਤੈਨੂੰ ਦੱਸ ਲੈਂ ਅੱਬਾ ਤੂੰ ਅੰਤ ਬਤਾ ਮਲੰਗੀ ਗੱਲ ਸੁਣੀ ਇਹਨਾਂ ਕੋਈ ਨਹੀਂ ਦੱਸਣਾ ਮੋਬਾਈਲ ਸ਼ਹਿਜ਼ਾਦ ਦਾ ਨਹੀਂ ਮਗਰ ਇੱਕ ਮੈਂ ਤੈਨੂੰ ਦੱਸਾਂ ਇਹਨਾਂ ਦੇ ਕੋਲ ਪਿਆਰ ਨਾਲ ਪੁੱਛ ਦੇ ਇਹਨਾਂ ਮੈਂ ਸਾਰੀਆਂ ਦਾ ਸਾਹ ਪੀ ਜਾਵਣੀ ਮੈਂ ਤੇਰੇ ਪਹਿਲੇ ਤੇ ਜ਼ਿੰਦਾ ਪਿਆ ਹਾਂ ਟੈਨਸ਼ਨ ਨਾ ਲਾ ਮੈਂ ਇਹਨਾਂ ਨੂੰ ਵੱਟ ਟੁੱਕ ਦਰਿਆ 'ਚ ਸੁੱਟਣਾ ਮੈਂ ਯਾਰ ਮੈਂ ਪੁੱਛ ਲੈਣਾ ਹੁਣ ਮੈਂ ਤੇਰੇ ਦੀ ਤੀ ਤਾਂ ਮੈਂ ਉਹਨਾਂ ਦਾ ਪਿਓ ਹਾਂ ਠੀਕ ਹੈ ਓ ਰਾ ਉਹ ਫਿਰ ਗਈ ਉਹ ਫਿਰ ਗਈ ਉਹ ਛਾਲਾ ਮਰੋ ਤੇ ਮਗਰੂ ਲਾਓ ਉਹ ਤੁਸਾਂ ਤਾਂ ਮੈਨੂੰ ਇੰਜ ਬਣਾਇਓ ਆ ਹੁਣ ਮੇਰਾ ਨਾ ਉਹਨਾਂ ਸਾਥ ਦਿੱਤਾ ਗਮਾ ਮੈਂ ਤੇਰਾ ਬੜਾ ਦੇਸਾ ਨਾ ਤੇ ਮੈਂ ਆ ਕੇ ਛੁੜਾਇਆ ਨਹੀਂ ਤੈਨੂੰ ਆ ਹੁਣ ਮੈਂ ਤੇ ਉਹ ਮੇਰੀ ਤੇ ਮਾਰ ਛੱਡਦਾ ਤੇ ਮੈਂ ਨਾਂ ਲਿਆ ਨਹੀਂ ਮੈਂ ਮੇਰੇ ਬੇਲੀ ਦਾ ਉਹ ਲੈ ਕੇ ਆ ਕੇ ਆਇਆ ਸੀ ਤੇਰੇ ਬਾਰੇ ਆਪਣੇ ਮੈਂ ਵੇਖ ਲਿਆ ਤੇਰੇ ਕੋਲ ਮੋਬਾਈਲ ਤੇ ਫੋਨ ਕਰਨ ਦੀ ਪਈ ਹਾਂ ਵੀਡੀਓ ਕਾ ਕਮਾਲ ਹੈ ਚਬਲ ਜੱਤ ਹੋ ਜਾ ਵੇਖ ਚਾਚਾ ਇੱਕ ਚੋਰ ਹੈ ਮਾਨ ਉਹਦਾ ਨਾਂ ਜ਼ਿਮੀਂਦਾਰਾਂ ਦਾ ਮੈਂ ਉਹਨੂੰ ਬਹੁਤ ਪਿਆਰ ਕਰੇਨੀ ਅਗਰ ਅੱਬਾ ਨਾ ਮੰਨਿਆ ਮੈਂ ਨਸ ਕੇ ਵੀ ਸ਼ਾਦੀ ਕਰ ਲੈ ਖਬਰਦਾਰ ਨਸ ਕੇ ਵੀ ਸ਼ਾਦੀ ਤੇ ਬੇਗਰਤ ਤੇ ਬਿਰਾਦ ਸਾਹਮਣੇ ਤੇ ਸ਼ਰਮ ਨਾ ਆਈਏ ਗੱਲ ਕਰਦੇ ਹੋਆਂ ਬਈ ਮੈਂ ਕਿਸੇ ਛੋਰ ਨੂੰ ਪਿਆਰ ਕਰਦੀ ਆ ਬਾਜੀ ਸਹੀ ਆਂਦੀ ਪਈ ਏ ਇੱਕ ਗੱਲ ਗਲਤ ਤਾਂ ਕੋਈ ਨਹੀਂ ਆਂਦੀ ਤਾਂ ਸਹੀ ਪਈ ਏ ਇਹ ਜਿਵੇਂ ਨੇ ਉਹਨ ਮੈਂ ਤੀਸਰੀ ਵਾਰੀ ਆਖਿਆ ਯਾਰ ਇਹਨਾਂ ਦੀ ਸ਼ਾਦੀ ਕਰਕੇ ਹੁਣ ਅਖੀਰੀ ਬੁਲਾਈਆਂ ਸੀ ਨਾ ਅਖੀਰੀ ਬੋਲ ਪਈਆਂ ਨਾ ਅੱਬੇ ਨੂੰ ਕਦੀ ਇਹ ਹੋਸ਼ ਨਹੀਂ ਆਵਣੀ ਕਿ ਮੈਂ ਇਹਨਾਂ ਨਾਲ ਅੱਜ ਹੀ ਗੱਲ ਕਰੇ ਨਾ ਮੈਂ ਨਾ ਅੱਜ ਹੀ ਗੱਲ ਮੈਂ ਆਪ ਕਰੇ ਭਾਈ ਥੋੜੀ ਜਿਹੀ ਦਿਮਾਗ ਨਾਲ ਸੋਚੋ ਇੱਕ ਤਾਂ ਮੈਂ ਗੱਲ ਕਰਨ ਆਇਆ ਖੁਦਾ ਦਾ ਨਾ ਮੰਨ ਇਹਨਾਂ ਦੀਆਂ ਨੂੰ ਪਰਨਾ ਛੋੜ ਜਿਵੇਂ ਤੈਨੇ ਤੇਰੀਆਂ ਦੀਆਂ ਨੇ ਇੰਜੇ ਮੇਰੀਆਂ ਦੀਆਂ ਤੇ ਮੇਰੀ ਅੱਜ ਗੱਲ ਜ਼ਿਹਨ ਨਾਲ ਸੋਚ ਲਾ ਐ ਦੀਆਂ ਨੂੰ ਪਰਨਾ ਚੋ ਯਾਰ ਮਲਿੰਗੀ ਜਿਹੜਾ ਅੱਜ ਤੂੰ ਗੱਲ ਸਹੀ ਕੀਤੀ ਬਾਕੀ ਆਈ ਮੈਂ ਇਹਨੂੰ ਹੁਣ ਤਾਂ ਦੀਆਂ ਵਾਲਾ ਪਿਆਰ ਦਿੱਤਾ ਹੀ ਨਹੀਂ ਇਹਨਾਂ ਨੇ ਮਾਰਿਆ ਵੀ ਹੈ ਲੜਿਆ ਵੀ ਆ ਇਹਨਾਂ ਦੇ ਨਾਲ ਤੂੰ ਤਾਂ ਉਹਨਾਂ ਦੀ ਮਾਂ ਵੀ ਆ ਚੱਲ ਮੇਰੇ ਨਾਲ ਤੋਰ ਉੱਠੀ ਮੇਰੇ ਨਾਲ ਚੱਲ ਬਾਜਿਆ ਸਹੀ ਆਖਿਆ ਮੈਂ ਮਾਨੂਰ ਬਹੁ ਕੀਤਾ ਲਿਆਸ ਬਹੁ ਹਿਆ ਕੀਤਾ ਪਿਓ ਸਾਡੇ ਕਦੀ ਸਾਡੇ ਬਾਰੇ ਸੋਚਿਆ ਸਾਡੀ ਮਾਂ ਜੋ ਮਰ ਗਈ ਆ ਸਾਡੇ ਪਿਓ ਕਦੀ ਇਹ ਨਾਂ ਹੀ ਨਹੀਂ ਲਿਆ ਉਹਦੇ ਜ਼ਿਕਰ ਹੀ ਕਦੀ ਨਹੀਂ ਆਇਆ ਜ਼ਬਾਨ ਤੇ ਉਹ ਗੱਲ ਹੀ ਕਰਦੀ ਆ ਨਾ ਅੱਜ ਤੱਕ ਪਿਓ ਦੀ ਇੱਜ਼ਤ ਦਾ ਮੰਦਾ ਨਹੀਂ ਸੋਚਿਆ ਕੋਈ ਮਹੱਲੇ 'ਚ ਕਿਸੇ ਪਿਓ ਸਾਡੇ ਨੂੰ ਅੱਜ ਤਾਈਂ ਗੱਲ ਕੀਤੀ ਹੈ ਉਹਦੇ ਨਾ ਸਮਝਦਾਰ ਵਾਸਤੇ ਇਸ਼ਾਰਾ ਹੀ ਕਾਫੀ ਹੁੰਦਾ ਨਾ ਕਰ ਤੂੰ ਚੁੱਪ ਕਰ ਬਾ ਔਰ ਮੈਂ ਸਹੀ ਆਖਿਆ ਔਰ ਦੀ ਦੀ ਸ਼ਾਦੀ ਕਰਨਾ ਹੱਕ ਹੁੰਦਾ ਅਬ ਕਿਉਂ ਹੋ ਗਿਆ ਉਹ ਐਡਾ ਜ਼ਾਲਮ ਤਨ ਮੈਂ ਕਿਉਂ ਤਾਂ ਜ਼ਾਲਮ ਨਾ ਬਣ ਉਹਨਾਂ ਦੀ ਮਾਂ ਮੋਈਏ ਤੋ ਤੋ ਉਹਨਾਂ ਨੇ ਮਾਂ ਦਾ ਹੀ ਪਿਆਰ ਦੇ ਬਣਾਈ ਤੇ ਪਿਓ ਦਾ ਹੀ ਪਿਆਰ ਅੱਬਾ ਮੇਰਾ ਇਹ ਮਤਲਬ ਨਾ ਹੀ ਅੱਬਾ ਮੈਂ ਮਲੰਗੀ ਮਾਫੀ ਮੰਗਨੀ ਹੈ ਚੁੱਪ ਕਰ ਤੋ ਸੱਚ ਆਖੀ ਅਜੇ ਤੱਕ ਗੱਲ ਹਵੇਲੀ ਦੇ ਵਿੱਚ ਬਾਹਰ ਕਰ ਇਹਨਾਂ ਦੀ ਮਾਂ ਮੋਈ ਆਈ ਵਾਕਿਆ ਮੈਂ ਇਹਨਾਂ ਨੂੰ ਮਾਂ ਦਾ ਪਿਆਰ ਹੀ ਦੇ ਬਣਾਈ ਤੇ ਮੈਂ ਗਲਤੀ ਚ ਆਇਆ ਕਿਵੇਂ ਨਾ ਹੋਵੇ ਕਿ ਮੈਂ ਜਿਹਦੇ ਜਿਹਦੇ ਆਦੀ ਆਣ ਮੈਂ ਉਹਦੇ ਦੋ ਇਹਨਾਂ ਦੀ ਸ਼ਾਦੀ ਕਰ ਠੀਕ ਹੈ ਹੋ ਗਈ ਜੀ ਗੱਲ ਹਾਂ ਮੇਰਾ ਪੁੱਤ ਮੇਰਾ ਪੁੱਤ
ਅਬੂ ਮੈਨੂੰ ਮਾਫ ਕਰ ਜਾ ਮੇਰੇ ਪੁੱਤ ਮੈਨੂੰ ਹੀ ਮਾਫ ਮੈਂ ਤੁਹਾਡਾ ਦਿਲ ਨਾਮ ਦੁਖਾਉਣਾ ਚਾਹੁੰਦੀ ਲੇਕਿਨ ਤੁਹਾਨੂੰ ਪਤਾ ਹੈ ਨਾ ਤੁਸੀਂ ਆਪ ਆ ਦਿਉਂਦੇ ਹੋਵੇ ਨਰ ਘੋੜੀ ਤੇ ਜਵਾਨ ਦੀ ਘਰ ਰੱਖਣੀ ਬਮੌਕੀ ਬਸ ਮੈਂ ਗਲਤੀ ਤੇ ਆਮ ਇਹ ਜਵਾਨੀ ਮਸਤਾਨੀ ਅਬੂ ਇਸ ਤੋਂ ਪਹਿਲੇ ਸਾਥੋਂ ਕੋਈ ਗਲਤੀ ਹੋ ਜਾਵੇ ਬਿਹਤਰ ਹੈ ਕਿ ਤੁਸੀਂ ਸਾਡੇ ਕਿਦਾਂ ਹੀ ਅਕਸ਼ਰੇ ਦੇ ਨਿਕਾਹ ਕਰ ਛੋੜੋ ਠੀਕ ਹੈ ਮੇਰਾ ਪੁੱਤਰ ਮੈਂ ਕੱਲ ਹੀ ਤੁਹਾਡੇ ਅਕਸ਼ਰੇ ਦੇ ਨਿਕਾਹ ਕਰ ਛੋੜਨੇ ਤੇ ਮਾਂ ਨੂਰ ਕੋਲ ਹੀ ਮੈਂ ਨਹੀਂ ਅਬੂ ਮਾਫੀ ਤੁਸੀਂ ਕਿਉਂ ਮੰਗਦੇ ਪਏ ਮੇਰਾ ਪੁੱਤਰ ਮੈਂ ਪਿਆਰ ਦੇਣਾ ਤੂੰ ਹੀ ਕੱਢ ਗਿਆ ਹੋ ਅੱਬਾ ਮੈਂ ਪਿਆਰ ਦੇਣਾ ਤੁਸੀਂ ਆਪਣੀ ਜਾਤ ਠੀਕ ਹੈ ਤੇ ਅਸੀਂ ਆਪਣੀ ਜਾਤ ਠੀਕ ਹਾਂ ਠੀਕ ਹੈ ਹਲੀਆ ਤੂੰ ਮੈਨੂੰ ਸਿੱਧੇ ਰਾਹ ਤੇ ਲਾਇਆ ਅਸਲਾਮ ਅਲੈਕੁਮ ਤੁਹਾਡੇ ਹਾਲ ਆਪਣਾ ਫੋੜਾ ਪਿਆ ਫੋੜਾ ਤੇ ਮੈਂ ਇਹੋ ਜਿਹਾ ਫੋੜਾ ਮੈਂ ਤੇਰੇ ਸਿਰ 'ਚ ਨਾ ਉਹ ਮਾਰਾਂ अस्सलाम वालेकुम गाइस मैं हूं आलिया मलिक और इस वक्त आप देख रहे हैं आलिया मलिक ओरिजिनल और पेंडू शहजादे की टीम आपके सामने सबसे पहले तो मेरा उन माँ बाप के आगे सवाल है देखो आप कहते हो कि जब बेटी घर से पता चलता है कि बेटी हमारी इस वक्त जवान हो गई आपका हक बनता है उसकी शादी कर देना जब घर में बड़ी बड़ी बेटियाँ ऐसी ज़्यादा उम्र जिनकी हो जाती फिर उनसे ये गलतियाँ ही होती हैं कोशिश किया करें कि घर में अगर आप इतने सख्त हैं ना तो कभी ना कभी अपने बच्चों के साथ अपनी बेटियों के साथ भी प्यार से बात किया करें क्योंकि जब सर से माँ का साया उतर जाता है ना ये ख़त्म हो जाता है ना तो फिर बेटियाँ ख़ुद को ऐसे तनहा महसूस करती हैं फिर वो दूसरों का सहारा ढूंढती हैं कि हमारे साथ भी कोई बैठ के बात करे या हम भी किसी के साथ दोस्ती करें ये घर की इज्जतें तभी महफूज रह सकती हैं जब बाप भी बेटियों का दोस्त बन के रहे जिस तरह के चाचू हमारी हर बात मानता है चाचू हमारा दोस्त बन के हमारे साथ रह रहा है तो तभी इंसान को ना ये तन्हाई का एहसास नहीं होता कि हम घर में अकेली हैं और बेटियों के आगे भी मेरी रिक्वेस्ट है कि दिल की जो भी बात है खुल के जैसे चाचू के साथ शेयर करते हो एक बार बाप के सामने भी रखो हो सकता है बाप आपका भी मान जाए और उसको पता इन चीज़ों का एहसास हो जाए कि यार मेरी बेटी ठीक कह रही है और हमारी किसी भी बात का कोई गलत मतलब नहीं होता हम एक मैसेज होता है जो हम सबको देना चाहते हैं और समझाना चाहते हैं इसके लिए अगर कोई हमारे मुंह से गलती से कोई गलत बात निकली उसके लिए माफ़ी चाहते हैं ना ही हम चाहते हैं कि किसी की बेटी इतनी जोरेवर हो जाए और अपने बाप का सामना करे नहीं हम दोनों घरों को बराबरी में रख के यही कहना चाहते हैं कि एक दूसरे की फीलिंग्स जो है ना उसको समझा करें और ज़्यादा देर घर में बेटी बैठाने से बेहतर है कि दो कपड़े दो बर्तनों के साथ बेटी को रुख्सत कर दें अपने घर में वो खुश रहे और बेटी तो सारी ज़िंदगी अपने माँ बाप से लेती रहती है यहाँ तक कि जब ससुराल में मरती आखिरी कफन भी वो माँ बाप देता है तो कोशिश किया करें यार ऐसी कोई गलती ना हो बेटियों से कि ज़िंदगी भर आप किसी को मुंह दिखाने के काबिल ना रहें बहुत शुक्रिया जी थैंक यू सो मच और हमारे चार ही चैनल है जिनका नाम है आलिया मलिक ओरिजिनल पेंडू शहजादा मांझी ऑफिशियल और आलिया मलिक टीवी उनको लाइक करने के लिए सब्सक्राइब करने के लिए बहुत शुक्रिया हमारे एक्टर इस वक्त हमारे साथ मौजूद हैं ये बच्ची खड़ी है इसका नाम महक सुल्तान मांझी ऑफिशियल जीवन तालिब मलंगी साहब शहजाद भाई और हमारी खड़ी हैं वो सलमा तलु भाई महनूर और हमारे क्या नाम है कैमरा मैन है जी मोहसिन भाई और हमारे छोटे दानियाल बच्चे वो खड़े हैं महनूर के और बहुत शुक्रिया थैंक यू सो मच दुआओं के साथ याद रखिएगा इसी तरह हर दिन एक नई स्टोरी लेकर आएंगे पाकिस्तान जिंदाबाद पाक फौज जिंदाबाद।